ਗੁਰੂ ਸਾਹਿਬਾਨ ਅਤੇ ਭਗਤਾਂ ਦਾ ਪ੍ਰੈਕਟੀਕਲ ਜੀਵਨ ਜੋ ਸਾਡੇ ਲਈ ਹੈ, ਸਾਡੇ ਲਈ ਸਤਿਕਾਰਯੋਗ ਰਿਸਪੈਕਟਡ ਗੁਰੂ ਸਾਹਿਬਾਨ, ਭਗਤ ਜਨ, ਸਿੱਖ, ਆਲ ਓਵਰ ਗੁਰੂ ਗ੍ਰੰਥ ਸਾਹਿਬ ਜੀ, ਕਿ ਜਿਹੜੇ ਸਾਰੇ ਸੰਸਾਰ ਦਾ ਅਧਿਆਤਮਕ ਮਾਰਗਦਰਸ਼ਨ ਕਰਦੇ ਨੇ, ਸਾਰੇ ਵਰਲਡ ਦਾ ਅਧਿਆਤਮਕ ਮਾਰਗਦਰਸ਼ਨ। ਅਧਿਆਤਮਕ ਕਹਿੰਦੇ ਨੇ ਅਦਿੱਖ ਨੂੰ। ਕਿਹਨੂੰ ਕਹਿੰਦੇ ਜੀ? ਅਦਿੱਖ, ਜਿਹੜਾ ਹੈਗਾ ਪਰ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ, ਉਸ ਮਾਲਕ ਦੇ ਬਾਰੇ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਕਿ ਉਸ ਮਾਲਕ ਨੇ ਸਾਡੇ ਜਿੰਨੇ ਵੀ ਮਨ ਨੇ, ਜਿਹਨਾਂ ਮਨਾਂ ਨੂੰ ਮਨੁੱਖ ਦੇਹੀ ਮਿਲੀ ਹੈ, ਇਹ ਸਾਰਿਆਂ ਦੇ ਇੱਕ ਨੱਥ ਪਾਈ ਹੋਈ ਹੈ। ਕੀ ਪਾਈ ਹੋਈ ਹੈ? ਨੱਥ। ਹੁਣ ਮਾਲਕ ਵੀ ਸੂਖਮ ਆ ਅਤੇ ਉਹ ਨੱਥ ਵੀ ਸੂਖਮ ਆ, ਅਤੇ ਜਿਹਨੂੰ ਪਾਈ ਆ ਉਹ ਵੀ ਸੂਖਮ ਆ। ਹੁਣ ਉਹ ਗੁਰਬਾਣੀ ਦੇ ਵਿੱਚ ਦੱਸਿਆ ਗਿਆ, ਕਹਿੰਦੇ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਇਹ। ਕਹਿੰਦੇ ਜਿੱਥੇ ਸਾਡੇ ਭੋਜਨ ਆ, ਖੁਰਾਕ ਆ, ਜਿੱਥੇ ਅਸੀਂ ਚੁਗਣੀ ਹੈ, ਚਾਹੇ ਇਸ ਪੰਜਾਬ 'ਚ ਚੁਗਣੀ ਆ, ਚਾਹੇ ਪੰਜਾਬ ਦੇ 'ਚ ਕਿਸੇ ਵੀ ਜ਼ਿਲ੍ਹੇ 'ਚ, ਤਹਿਸੀਲ 'ਚ ਚੁਗਣੀ, ਚਾਹੇ ਬਾਹਰਲੇ ਕੰਟਰੀਆਂ 'ਚ ਚੁਗਣੀ, ਉੱਥੇ ਸਾਡੀ ਕਿਰਤ, ਸਾਡਾ ਕਾਰੋਬਾਰ, ਸਾਡੀ ਜੌਬ ਉੱਥੇ ਬਣਾ ਦਿੱਤੀ। ਜਿੱਥੇ ਜਿੱਥੇ ਤੁਸੀਂ ਕੰਮ ਕਰਦੇ ਹੋ ਉੱਥੇ ਤੁਹਾਡਾ ਦਾਣਾ ਪਾਣੀ ਉੱਥੇ ਹੀ ਆ। ਨੱਕ ਨੱਥ, ਹੁਣ ਨੱਕ ਨੱਥ ਕਿਹੜੀ ਪਾਈ ਹੈ? ਮਨ ਨੂੰ ਪਾਈ ਹੈ। ਉਹ ਕੀ ਆ? ਪੌਣ। ਕੀ ਹੈ ਜੀ? ਉਹ ਪੌਣ ਰੂਪੀ ਨੱਥ ਪਾ ਕੇ, ਅਤੇ ਸਾਹ ਕਿੱਧਰ ਜਾਂਦਾ? ਸਾਡੇ ਨੱਕ ਰਾਹੀਂ ਅੰਦਰ ਜਾਂਦਾ ਸਾਹ। ਇਸ ਤਰ੍ਹਾਂ ਕਰਦੇ ਨਾ ਆਪਾਂ, ਇਹ ਜਿੰਨੀ ਦੇਰ ਇਹ ਨੱਥ ਪਾਈ ਹੋਈ ਆ, ਅਤੇ ਜਿੱਥੇ ਜਿੱਥੇ ਸਾਡੀ ਚੋਗ ਖਿਲਾਰੀ ਆ, ਤਨ ਦੀ ਚੋਗ, ਉੱਥੇ ਉੱਥੇ ਅਸੀਂ ਇਸ ਤਨ ਨੂੰ ਲੈ ਕੇ ਜਾਣਾ। ਅਸੀਂ ਮੀਨਜ ਸਾਡੇ ਮਨ ਨੇ, ਅਸੀਂ ਮੀਨਜ ਮਨ ਨੇ ਉੱਥੇ ਲੈ ਕੇ ਜਾਣਾ। ਹੁਣ ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਦੇ ਵਿੱਚ ਜਿਹੜਾ ਸਾਰਾ ਖੇਡ ਹੈ, ਇਹ ਸਾਰਾ ਅਦਿੱਖ ਦਾ। ਜੋ ਅਕਾਲ ਪੁਰਖ ਵਾਹਿਗੁਰੂ ਜੀ ਹਨ, ਸਾਡੇ ਪਿਤਾ ਜੀ ਹਨ, ਉਹ ਅਦਿੱਖ ਹਨ। ਮਾਲਕ ਹੀ ਸਾਡੀ ਮਾਂ ਹੈ, ਮਾਲਕ ਹੀ ਸਾਡਾ ਪਿਓ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਮ ਹਰ ਕੇ ਬਾਰਕ। ਬਾਰਕ ਮੀਨਜ ਬੱਚੇ, ਅਸੀਂ ਉਹੀ ਸਾਡਾ ਦੋਸਤ ਹੈ। ਤੁਸੀਂ ਜੋ ਮੰਨ ਲਓ ਉਹੀ ਹੈ। ਗੱਲ ਪਿਆਰ 'ਤੇ ਆ। ਗੱਲ ਕੀ ਹੈ ਜੀ? ਪਿਆਰ ਕਰਾਂਗੇ, ਜਿਹੜਾ ਤੁਸੀਂ ਰਿਸ਼ਤਾ ਉਹਦੇ ਨਾਲ ਪਾਉਣਾ ਚਾਹੁੰਦੇ ਹੋ, ਉਹ ਰਿਸ਼ਤਾ ਬੜੀ ਬਖੂਬੀ ਨਾਲ ਮਾਲਕ ਸਾਡਾ ਨਿਭਾਉਂਦਾ ਹੈ। ਹੁਣ ਗੁਰਮੁਖ ਪਿਆਰਿਓ, ਜੋ ਸਾਡਾ ਮਾਲਕ ਹੈ ਉਹ ਵੀ ਅਦਿੱਖ ਹੈ, ਜੋ ਉਸਦਾ ਪਰਿਵਾਰ ਹੈ ਉਹ ਵੀ ਅਦਿੱਖ ਹੈ। ਉਹ ਪਰਿਵਾਰ ਦੇ ਵਿੱਚ ਕੌਣ ਕੌਣ ਨੇ? ਮਨ, ਆਤਮਾ, ਧਰਮ ਰਾਏ, ਚਿਤਰਗੁਪਤ, ਮਾਇਆ ਜਿਹਨੂੰ ਕਾਲ ਕਹਿੰਦੇ ਹਾਂ, ਤ੍ਰੈਗੁਣ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਹੈਗੇ ਨੇ, ਦਿਸਦੇ ਨਹੀਂ, ਮਹਿਸੂਸ ਹੁੰਦੇ ਨੇ। ਇਹ ਸਾਰਾ ਦਾ ਸਾਰਾ ਪਰਿਵਾਰ ਅਦਿੱਖ ਆ, ਸਾਡਾ ਪਿਤਾ ਵੀ ਅਦਿੱਖ ਆ। ਕਿਉਂ ਨਹੀਂ ਦਿਸਦਾ ਹੁਣ ਤੱਕ ਸਾਨੂੰ ਮਾਲਕ? ਕਿਉਂ ਨਹੀਂ ਦਿਸਿਆ? ਉਹ ਇਸ ਲਈ ਨਹੀਂ ਦਿਸਿਆ ਕਿ ਜਦੋਂ ਮਾਲਕ ਸਾਡੇ ਮਨ ਨੂੰ ਇੱਧਰ ਭੇਜਦਾ, ਬੋਡੀ ਦੇ ਵਿੱਚ ਜਦੋਂ ਆਪਾਂ ਸਵੇਰੇ ਆਉਂਦੇ ਹਾਂ ਸਰੀਰ ਵਿੱਚ, ਉਦੋਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਸਾਹ ਲੈਂਦੇ ਹਾਂ, ਜਿਹਨੂੰ ਹਵਾ ਕਹਿੰਦੇ ਹਾਂ, ਜਿਹਨੂੰ ਪੌਣ ਕਹਿੰਦੇ ਹਾਂ, ਇਹਦਾ ਸੰਤੁਲਨ ਵਿਗਾੜਿਆ ਜਾਂਦਾ। ਇਹਦਾ ਸੰਤੁਲਨ ਵਿਗਾੜਿਆ ਜਾਂਦਾ। ਕਿਵੇਂ ਵਿਗਾੜਿਆ ਜਾਂਦਾ? ਇੱਕ ਨੱਕ 'ਚੋਂ ਸਾਹ ਜ਼ਿਆਦਾ ਆਉਂਦਾ, ਇੱਕ 'ਚੋਂ ਘੱਟ ਆਉਂਦਾ।
जे एक नक चो सह ज्यादा आता एक चो घट आता तो संभलो पाउण दा संतुलन बिगड़िया होया। तो दूसरा संतुलन बिगड़िया जिन अखां दे नाल असी मालक नूं देखना सी उन्हां अखां नूं गुरबाणी दे विच चांद ते सूरज कहिंदे आ। गुरबाणी विच अखां नूं की कहिंदे आ जी? खब्बी अख नूं चंद्रमा कहिंदे आ, सज्जी नूं सूरज कहिंदे आ। तो चंद सूरज का भी संतुलन बिगाड़ दिता गया। किवें? एक अख चो ज़्यादा दिसदा एक चो घट दिसदा। भावें अखां साडियां ठीक ने, डॉक्टर को जाइए कहिंदा बिल्कुल तुहाडियां अखां ठीक ने, लेकिन फिर भी एक चो वध एक चो घट। ये संतुलन साडा जदों शरीर विच असीं आउने आ उदों बिगाड़ दिता जांदा। हुण आपां इह संतुलन बिगड़े होए नूं ठीक करना है। की करना जी? ठीक करना। हुण जिहड़ा छोटा बच्चा हुंदा है उहनूं कौण सिखाउंदा भी तूं संतुलन ठीक कर? कोई नहीं सिखाउंदा उहनूं, क्योंकि उन्हें माँ के गर्भ के सीख्या होंगे। वो बच्चे ने 9 महीने रह के ट्रेनिंग ली होंगी है, मन ने ट्रेनिंग ली होंगी है। वो नवी नवी ट्रेनिंग लैके जो आता तो उन्होंने पता होंगे तो वह फिर वो एक्सरसाइज करता है। की करता जी? वह एक्सरसाइज करता बच्चा। अपन अखा दे आपां पिता बने, दादे बने, नाने बने, कभी गौर नाल आपदे बच्चे छोटे जड़े ने उन्हां नूं आपदी बुकल विच पाया, कभी वेख्या भी बच्चा की करदा? कभी नहीं देखिया। बच्चा पैदा हो गया जी, खुशी मना ली जी, है ना? ठीक है जी, ठीक है, खा लिया पी लिया, वधिया पार्टियां कर लिया। पर कभी बच्चे दे कोले बैठ के वेख्या बच्चा कर की रहा, कोई की एक्टिंग करदा? उहनूं आपां भी करके देखिए। हुण बच्चा की करदा है जदों आपां इत्थे संसार दे उत्ते उन्हें आपां भी उवें कीता है। ये नहीं कि आपां बच्चे वल वेखना, आपां भी बच्चे सी एक दिन, उस एज विचों आपां भी निकले हाँ। बच्चा की करदा है जदों विछोड़ा पै जांदा मालक दे नालों, ते बच्चा फिर मालक नूं मिलन दी तड़फ रखदा है। विछोड़ा कदों पैंदा? जदों बच्चे दा जन्म हुंदा है, प्रकाश हुंदा है, दाई द्वारा नर्स द्वारा बच्चे दियां पैर दियां तलियां ते जां टूई दे उत्ते ऐ मारिया जांदा। जदों इस तरह कीता जांदा, थप्पड़ दबाया जांदा, तां उदों दी उह सुखमना नाड़ी जिहड़ी आ दो सिरियां तों सुंगड़ जांदी है। सुखमना नाड़ी पंजाबी विच आपां उहनूं धरन कहिंदे आ। की कहिंदे जी? उस नाड़ी नूं धरन वाली नाड़ी नूं सुखमना नाड़ी कहिंदे आ। उह दो सिरियां तों सुंगड़ जांदी है। एक सिरा इत्थे आ जिथे ऐनक दी डंडी खड़दी है, एक सिरा साडी नाभी धुनी, ये दो सिरियां तों ऐ सुंगड़ गई। वो सुखमना नाड़ी वाल वर्गी बरीक हुंदी, उहदे च प्रकाश चलदा है। ते जदों दा उह ठीक आ तो दर्शन हो रहे ने मालक दे, शब्द सुनदा, नाम सुनदा, तो मालक दे प्रकाश दे दर्शन हो ही जांदे ने, तो बच्चा खुश है। तो जदों उत्थ पाया जांदा पैरां दीआं तलियां ते सिर थले करके ऐ मारिया जांदा, उदों जोर पैंदा, दबाव पैंदा, तो वह दो सिरियां तो नाड़ जिहड़ी आ उह सुखमना उह सुंगड़ जांदी है, पिचक जांदी है, तो मालक नालों विछोड़ा पैंदा, तो बच्चा ताहां मारदा। की मारदा? रोंदा, लत्तां बाहवां मारदा। देख लो किन्नी छेती एक्शन हुंदा, कोई टाइम नहीं लगता, फटाफट होता। जिहड़े कोले हैल्पर हुंदे ने जन्म दवाउण वेले उह सारे एक्शन छेती करदे। हुण गुरमुख प्यारिओ, फिर बच्चा जो ट्रेनिंग उन्हें माँ के पेट च लई हुंदी है वो ट्रेनिंग के मुताबिक एक्सरसाइज करता। की करता? सब तो पहला जिहड़ा पौण दा संतुलन बिगड़िया सी उहनूं ठीक करता, फिर चंद सूरज नूं सम करता, फिर मालक दे दर्शन हुंदे, हसदा। हुण साह ज़्यादा देर रोक नहीं सकता, वध तों वध स्टैमिना किन्ना होएगा बंदे दा, वध तों वध साह किन्ना रोक लेगा? मिंट रोक लेगा कोई? है ना? तो सह चेंज करना पैना, सह जिहड़ा सह रोकिया है उहनूं छड्डना पैना, तो नवा सह अंदर जाएगा। जदों छड्डिया सह चेंज कीता उदों फिर मालक पिछे हट जांदा, तो बच्चा रोणा जिहा मूँह बना लैंदा। दो बच्चा करदा भी जदों संतुलन किवें ठीक करदा, श्वासां नूं तेज़ करदा। की करदा जी? श्वासां नूं तेज़ आ। गौर करो, गौर, हुण प्रैक्टिकल है ये।
ਆਪਣੇ 'ਤੇ ਵੀ ਇਹ ਲਾਗੂ, ਆਪਾਂ ਸਿਕਸ਼ਾ ਲੈਣੀ ਹੈ। ਜਦੋਂ ਬੱਚੇ ਨੇ ਸਾਹ ਤੇਜ਼ ਕੀਤਾ ਆਪਣਾ, ਅਤੇ ਉਹਨੇ ਪੌਣ ਇੱਥੇ ਰੋਕੀ, ਇੱਥੇ ਸਾਹ ਰੋਕਿਆ। ਜਦੋਂ ਸਾਹ ਰੋਕਿਆ, ਚੰਦ ਸੂਰਜ ਨੂੰ ਸਮ ਕੀਤਾ ਅਤੇ ਮਾਲਕ ਦੇ ਬ੍ਰਹਮ ਜੋਤ ਦੇ ਦਰਸ਼ਨ ਹੋਏ। ਗੁਰਬਾਣੀ ਦੇ ਵਿੱਚ ਇਹ ਸ਼ਬਦ ਲਿਖਿਆ, ਕਹਿੰਦੇ ਈੜਾ ਪਿੰਗਲਾ ਔਰ ਸੁਖਮਨਾ, ਈੜਾ ਪਿੰਗਲਾ ਔਰ ਸੁਖਮਨਾ। ਈੜਾ ਨਾੜੀ ਕਿਹੜੀ ਆ? ਜਿਹੜੀ ਰੀੜ੍ਹ ਦੀ ਹੱਡੀ ਦੇ ਖੱਬੇ ਪਾਸੇ ਆ, ਉਹ ਵੀ ਵਾਲ ਵਰਗੀ ਬਰੀਕ ਆ, ਅਤੇ ਪਿੰਗਲਾ ਨਾੜੀ ਆ ਜਿਹੜੀ ਰੀੜ੍ਹ ਦੀ ਹੱਡੀ ਦੇ ਸੱਜੇ ਪਾਸੇ ਆ, ਉਹ ਵੀ ਵਾਲ ਵਰਗੀ ਬਰੀਕ ਆ, ਅਤੇ ਸੁਖਮਨਾ ਜਿਹੜੀ ਆ ਉਹ ਰੀੜ੍ਹ ਦੀ ਹੱਡੀ ਦੇ ਵਿੱਚ ਆ। ਕਹਿੰਦੇ ਈੜਾ ਪਿੰਗਲਾ ਔਰ ਸੁਖਮਨਾ ਪੌਣੇ ਬੰਦ ਰਹਾਓ ਗੋ, ਪੌਣੇ ਬੰਦ ਰਹਾਓ ਗੋ, ਮਤਲਬ ਕਿ ਪੌਣ ਨੂੰ ਇੱਥੇ ਰੋਕ ਲਓ, ਬੰਦ ਕਰ ਦਿਓ, ਰੋਕ ਲਓ। ਪੌਣੇ ਬੰਦ ਰਹਾਓ ਗੋ, ਚੰਦ ਸੂਰਜ ਦੋਏ ਸਮ ਕਰ ਰੱਖੋ, ਸਮ ਕਰ ਲਓ, ਬਰਾਬਰ ਕਰ ਲਓ, ਬ੍ਰਹਮ ਜੋਤ ਮਿਲ ਜਾਓਗੋ। ਇਹ ਗੁਰਬਾਣੀ ਦੇ ਵਿੱਚ ਹੈ ਜੀ ਸ਼ਬਦ। ਫਿਰ ਹੋਰ ਵੀ ਦੱਸਿਆ, ਕਹਿੰਦੇ ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਇਕਠਾਈ, ਕਹਿੰਦੇ ਇਹ ਇੱਕ ਜਗ੍ਹਾ 'ਤੇ ਇਕੱਠੇ ਹੁੰਦੇ ਨੇ। ਕਿੱਥੇ ਇਕੱਠੇ ਹੁੰਦੇ ਆ? ਇੱਥੇ ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਇਕਠਾਈ, ਬੇਣੀ ਸੰਗਮ ਤੈ ਪ੍ਰਾਗ ਮਨ ਮੰਜਨ ਕਰੇ ਤਥਾਈ, ਸੰਤੋਹ ਤਹਾਂ ਨਿਰੰਜਨ ਰਾਮ ਹੈ। ਕਹਿੰਦੇ ਇਦੂ ਉੱਪਰ ਕੌਣ ਆ? ਮਾਲਕ। ਅਤੇ ਹੁਣ ਇੱਥੇ ਜਾਣਾ ਕਿਹਨੇ ਆ? ਮਨ ਨੇ। ਕਿਹਨੇ ਜਾਣਾ ਹੈ? ਮਨ ਨੇ। ਹੁਣ ਮਨ ਨੂੰ ਪੌਣ ਦੁਆਰਾ ਨੱਥ ਪਾਈ ਗਈ ਆ, ਨੱਕ ਦੇ ਵਿੱਚ ਪੌਣ ਨਾਲ ਮਨ ਮਿਲਦਾ ਅਤੇ ਮਾਲਕ ਨਾਲ ਉਹ ਵਿਛੋੜਾ ਪੈ ਜਾਂਦਾ। ਅਤੇ ਜਿੱਥੇ ਕਿਰਤ ਆਪਣੀ ਹੈਗੀ ਆ, ਚੋ ਖਿਲਾਰੀ ਆ, ਉੱਥੇ ਉੱਥੇ ਫਿਰ ਉਹ ਸਫ਼ਰ ਕਰਕੇ ਜਾਂਦਾ, ਇਸ ਬੋਡੀ ਨੂੰ ਲੈ ਕੇ ਜਾਂਦਾ। ਬੋਡੀ ਨੂੰ ਕੌਣ ਚਲਾ ਰਿਹਾ? ਮਨ ਚਲਾ ਰਿਹਾ। ਉਨੀ ਦੇਰ ਜਿੰਨੀ ਦੇਰ ਪਰਮਾਤਮਾ ਨੇ, ਮਾਲਕ ਨੇ ਇਹਨੂੰ ਸਾਹ ਦਿੱਤੇ ਆ, ਉਨੀ ਦੇਰ ਅਸੀਂ ਬੋਡੀ ਦੀ ਦੇਖਭਾਲ ਕਰਦੇ ਹਾਂ। ਬੋਡੀ ਸਾਡੀ, ਸਰੀਰ ਸਾਡੇ ਦੇ ਰਾਹੀਂ ਮਨ ਚਲਾਉਂਦਾ ਬੋਡੀ ਨੂੰ, ਇਹਦੇ ਰਾਹੀਂ ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਦੇ ਰਾਹੀਂ ਗੱਡੀ, ਮੋਟਰਸਾਈਕਲ, ਟ੍ਰੇਨ 'ਚ, ਜਹਾਜ਼ 'ਚ ਸਰੀਰ ਲੈ ਕੇ ਕਿਤੇ ਦੀ ਕਿਤੇ ਚਲਾ ਜਾਂਦਾ। ਅਤੇ ਕਹਿੰਦੇ ਰਾਹੀਂ ਜਾਂਦਾ, ਮਨ ਨੂੰ ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਮਿਲੀਆਂ ਨੇ। ਹੁਣ ਮਨ ਨੂੰ ਜਿਹੜੀਆਂ ਗਿਆਨ ਇੰਦਰੀਆਂ ਮਿਲੀਆਂ ਨੇ ਉਹ ਪੰਜ ਨੇ। ਕਿੰਨੀਆਂ ਨੇ ਜੀ ਗਿਆਨ ਇੰਦਰੀਆਂ? ਪੰਜ। ਕਿਹੜੀਆਂ ਕਿਹੜੀਆਂ? ਅੱਖਾਂ, ਨੱਕ, ਕੰਨ, ਜੀਭ ਅਤੇ ਚਮੜੀ। ਇਹ ਪੰਜ ਗਿਆਨ ਇੰਦਰੀਆਂ ਮਨ ਨੂੰ ਦੱਸਦੀਆਂ ਨੇ, ਸਲਾਹ ਦਿੰਦੀਆਂ ਨੇ ਵੀ ਅੱਖਾਂ ਨਾਲ ਚੰਗਾ ਦੇਖਿਆ ਕਿ ਮਾੜਾ ਦੇਖਿਆ, ਸਲਾਹ ਦਿੱਤੀ ਨਾ ਇਹਨਾਂ ਨੇ। ਕੰਨਾਂ ਨੇ ਦੱਸਿਆ ਵੀ ਗੱਲ ਚੰਗੀ ਸੁਣੀ ਕਿ ਮਾੜੀ ਸੁਣੀ। ਨੱਕ ਨੇ ਸੁਗੰਧੀ ਲੈ ਕੇ ਦੱਸਿਆ ਵੀ ਸੁਗੰਧੀ ਅੱਛੀ ਸੀ ਜਾਂ ਬੈਡ ਸੀ। ਅਤੇ ਜੀਭ ਨੇ ਸਵਾਦ ਦੱਸਿਆ ਵੀ ਲੂਣ ਮਿਰਚ ਜ਼ਿਆਦਾ ਸੀ ਜਾਂ ਮਿੱਠਾ ਜ਼ਿਆਦਾ ਸੀ। ਅਤੇ ਚਮੜੀ ਨੇ ਦੱਸਿਆ ਵੀ ਗਰਮੀ ਲੱਗਦੀ ਕਿ ਸਰਦੀ ਲੱਗਦੀ। ਇਹ ਆ ਜੀ ਪੰਜ ਗਿਆਨ ਇੰਦਰੀਆਂ। ਅਤੇ ਪੰਜ ਹੈਗੀਆਂ ਕਰਮ ਇੰਦਰੀਆਂ, ਜਿਹੜੀਆਂ ਕੰਮ ਕਰਦੀਆਂ ਨੇ, ਜਿਨ੍ਹਾਂ ਤੋਂ ਮਨ ਕੰਮ ਕਰਾਉਂਦਾ। ਉਹ ਕਿਹੜੀਆਂ ਨੇ? ਦੋਨੇ ਹੱਥ ਇੱਕ, ਦੋਨੇ ਪੈਰ ਦੋ, ਤੀਜਾ ਮੁੱਖ, ਚੌਥਾ ਅਤੇ ਪੰਜਵਾਂ ਜਦੋਂ ਸਾਨੂੰ ਹਜਤ ਹੁੰਦੀ ਹੈ, ਹਜਤ ਸਮਝੋ ਨਾ, ਜਦੋਂ ਅਸੀਂ ਬਾਹਰ ਜਾਂਦੇ ਹਾਂ ਮਾਲ ਮੂਤਰ, ਚੌਥਾ ਅਤੇ ਪੰਜਵਾਂ ਉਹ ਕਰਿੰਦੇ ਨੇ। ਇਹ ਕੀ ਨੇ ਜੀ? ਕਰਿੰਦੇ ਨੇ, ਇਹ ਕਰਮਚਾਰੀ ਨੇ, ਇਹਨਾਂ ਤੋਂ ਕਰਮ ਕਰਾਉਂਦਾ। ਹੁਣ ਮੰਨ ਲਓ ਵੀ ਇਹ ਹੱਥ ਨੂੰ, ਕਰਿੰਦੇ ਨੂੰ ਮਨ ਨੇ ਕਿਹਾ ਵੀ ਹੱਥ ਜੇਬ 'ਚ ਪਾ, ਚਾਬੀ ਕੱਢ ਗੱਡੀ ਦੀ। ਉਹਨੇ ਐਂ ਚਾਬੀ ਕੱਢੀ, ਇਹਨੂੰ ਕਹਿੰਦਾ ਹੁਣ ਮੋਟਰਸਾਈਕਲ ਲਾਈ, ਇਹ ਪੈਰ ਨੂੰ ਕਹਿੰਦਾ ਵੀ ਚੱਲ ਲੱਤ ਚੱਕ ਉੱਤੇ ਬੈਠ, ਇਹਨੂੰ ਕਹਿੰਦਾ ਮਾਰ ਕੇ, ਉਹਨੂੰ ਕਹਿੰਦਾ ਪਾ ਕਲੱਚ ਨੱਪ, ਗੇਅਰ ਪਾ, ਉਹ ਗੱਡੀ ਲੈ ਕੇ ਉਹ ਗਿਆ। ਕੌਣ ਗਿਆ? ਮਨ ਗਿਆ, ਮਨ। ਇਸ ਕਰਕੇ ਮਹਾਰਾਜ ਦੀ ਬਾਣੀ ਲਿਖਿਆ ਵੀ ਮਨ ਦੀ ਤਾਂ ਗੱਲ ਕੋਈ ਕਰਦਾ ਹੀ ਨਹੀਂ, ਤਨ ਦੀ ਗੱਲ ਸਾਰੇ ਕਰਦੇ। ਮਨ ਜੀਤੇ ਜਗ ਜੀਤ, ਮਨ ਤੂੰ ਜੋਤ ਸਰੂਪ ਹੈ। ਜੇ ਮਨ ਜਿੱਤ ਲਿਆ ਤੁਸੀਂ ਜਗ ਜਿੱਤ ਲਿਆ, ਹੈ ਨਾ। ਮਨ ਦਾ ਪਤਾ ਹੀ ਨਹੀਂ, ਮਨ ਬੋਡੀ 'ਚ ਕਿੱਥੇ ਆ, ਮਨ ਸਰੀਰ 'ਚ ਕਿੱਥੇ ਆ? ਮਨ ਸਾਡਾ ਇੱਕ ਲਾਈਟ ਆ। ਕੀ ਆ ਜੀ? ਮਨ ਕੀ ਹੈ? ਇੱਕ ਚਾਨਣ, ਇੱਕ ਲਾਈਟ। ਉਹ ਚਾਨਣ, ਉਹ ਲਾਈਟ ਸਾਡੇ ਸਰੀਰ ਵਿੱਚ ਕਿੱਥੇ ਆ? ਸਾਡੇ ਨੇਤਰਾਂ 'ਚ। ਕਿੱਥੇ ਆ ਜੀ ਲਾਈਟ? ਉਹ ਅੱਖ ਦੇ ਬਾਹਰਲੇ ਪਾਸੇ ਚਿੱਟਾ ਡੀਲਾ, ਇੱਥੇ ਲਾਈਟ ਨਹੀਂ ਹੈ। ਅੱਖ ਦੇ ਉਦੋਂ ਅੰਦਰਲੇ ਪਾਸੇ ਕਾਲਾ ਭੂਰਾ ਡੀਲਾ,
ਇੱਥੇ ਲਾਈਟ ਨਹੀਂ ਹੈ। ਇੱਕ ਤੀਸਰਾ ਪੋਰਸ਼ਨ ਹੋਰ ਹੈ ਸ਼ੀਸ਼ੇ ਵਰਗਾ, ਉੱਥੇ ਤਾਰਾ ਚਮਕਦਾ, ਹੋਰ ਕਿਤੇ ਹੈ ਇੱਥੇ ਉੱਥੇ ਕਿਤੇ ਕਿਤੇ ਨਹੀਂ ਹੈ। ਕਿੱਥੇ ਹੈ? ਨੇਤਰਾਂ ਦੇ ਵਿੱਚ ਜੋਤ ਸਰੂਪ ਮਨ ਆਉਂਦਾ। ਅਤੇ ਜੋਤ ਕਿੱਥੇ ਰੱਖੀ? ਨੇਤਰਾਂ 'ਚ ਰੱਖੀ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਤਰੀ ਹਰ ਬਿਨ ਅਵਰਨ ਦੇਖਿਓ ਕੋਈ। ਕਹਿੰਦੇ ਜੋਤ ਦਾ ਇਸਤੇਮਾਲ ਕਰੋ ਲੇਕਿਨ ਮਾਲਕ ਨੂੰ ਦੇਖੋ। ਮਾਲਕ ਨੂੰ ਦੇਖਣ ਦੇ ਲਈ ਜੋਤ ਦਾ ਇਸਤੇਮਾਲ ਨਹੀਂ ਕੀਤਾ ਕਿਸੇ ਨੇ, ਸਿੱਖਿਆ ਹੀ ਨਹੀਂ ਜੋਤ ਦਾ ਇਸਤੇਮਾਲ ਕਰਨਾ। ਸਾਰਿਆਂ ਦੇ ਵਿੱਚ ਜੋਤ ਹੈ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਕਦੀ ਗਿਆਨ ਹੀ ਨਹੀਂ ਲੈਣ ਦੀ ਕੋਸ਼ਿਸ਼ ਕੀਤੀ। ਹੁਣ ਉਹ ਜਿਹੜੀ ਜੋਤ ਹੈ, ਮਨ ਜੋਤ ਸਰੂਪ, ਉਹ ਨੇਤਰਾਂ 'ਚ ਆ ਗਿਆ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ। ਇੱਥੇ ਆਉਣ ਤੋਂ ਪਹਿਲਾਂ ਮਨ, ਨੇਤਰਾਂ ਦੇ ਵਿੱਚ ਆਉਣ ਤੋਂ ਪਹਿਲਾਂ ਮਨ ਨੱਕ ਦੀ ਨੋਕ 'ਤੇ ਆਉਂਦਾ। ਕਿੱਥੇ ਆਉਂਦਾ ਜੀ? ਨੱਕ ਦੀ ਨੋਕ 'ਤੇ ਉਹ ਲਾਈਟ ਆਉਂਦੀ ਹੈ, ਛੋਟੀ ਜਿਹੀ ਲਾਈਟ, ਨਿੱਕਾ ਜਿਹਾ ਤਾਰਾ ਚਮਕਦਾ ਹੋਇਆ ਇੱਥੇ ਆਉਂਦਾ। ਇੱਥੇ ਆਣ ਕੇ ਉਹ ਲਾਈਟ ਨੂੰ ਦੋ ਹਿੱਸਿਆਂ 'ਚ ਡਿਵਾਈਡ ਕਰਦੀ ਆ, ਸਾਡੇ ਸਰੀਰ ਦਾ ਇੱਕ ਪਾਰਟ। ਉਹ ਕੀ ਆ? ਉਹ ਆ ਨੱਕ। ਅੱਗੇ ਨਾ ਜਦੋਂ ਗੁਰਮੁਖ ਬਾਥਰੂਮ ਬਣਾਉਂਦੇ ਸੀ, ਉਹ ਇੱਕ ਪਾਸੇ ਨਹਾਉਣ ਵਾਲਾ ਹੁੰਦਾ ਸੀ, ਦੂਸਰੇ ਪਾਸੇ ਫਲਾਸ਼ ਵਾਲਾ ਹੁੰਦਾ ਸੀ। ਅਤੇ ਉਹਨਾਂ ਦੇ ਵਿਚਾਲੇ ਇੱਕ ਰੋਸ਼ਨਦਾਨ ਰੱਖ ਕੇ ਬਲਬ ਸਾਂਝਾ ਲਾ ਦਿੰਦੇ, ਲਾਈਟ ਵੀ ਬਿੱਲ ਜ਼ਿਆਦਾ ਨਾ ਆਵੇ। ਉਹ ਜਦੋਂ ਸੁੱਚ ਛੱਡਦੇ ਸੀ, ਉਹ ਚਾਨਣ ਅੱਧਾ ਉੱਧਰ ਜਾਂਦਾ ਸੀ, ਅੱਧਾ ਉੱਧਰ ਜਾਂਦਾ ਸੀ। ਇਸ ਤਰ੍ਹਾਂ ਉਹ ਲਾਈਟ ਜੋਤ ਸਰੂਪ ਜੋਤ ਇੱਥੇ ਆਈ, ਉਹ ਦੋ ਹਿੱਸਿਆਂ 'ਚ ਵੰਡੀ ਗਈ, ਅੱਧੀ ਇੱਧਰਲੀ ਅੱਖ 'ਚ ਆ ਗਈ, ਅੱਧੀ ਇੱਧਰਲੀ 'ਚ ਆ ਗਈ, ਜਿਸ ਕਰਕੇ ਡਬਲ ਮਾਇੰਡ ਹੋ ਗਿਆ, ਦੋ ਚਿੱਤ ਹੋ ਗਿਆ ਇੱਕ ਚਿੱਚ ਤੋਂ। ਠੀਕ ਹੈ ਜੀ? ਅਤੇ ਮਾਲਕ ਦਿਸਣੋਂ ਹਟ ਗਿਆ। ਹੁਣ ਉਹ ਮਾਲਕ ਜਿਹਨੇ ਨੱਥ ਪਾਈ ਹੋਈ ਆਪਣੇ ਸਾਰਿਆਂ ਦੇ, ਉਹ ਦੂਰ ਨਹੀਂ ਹੈਗਾ, ਸਭ ਤੋਂ ਨੇੜੇ ਮਾਲਕ ਆ। ਜੇ ਤੁਸੀਂ ਮਾਲਕ ਨੂੰ ਲੱਭਣਾ ਚਾਹੁੰਦੇ ਹੋ, ਬੁੱਝਣਾ ਚਾਹੁੰਦੇ ਹੋ, ਲੱਭ ਲਓ ਸਾਹ ਕਿੱਥੋਂ ਆ ਰਿਹਾ। ਸਾਹ ਆ ਰਿਹਾ ਨਾ ਸਾਰਿਆਂ ਨੂੰ? ਆ ਸਾਹ ਸਾਰਿਆਂ ਨੂੰ ਆ ਰਿਹਾ ਤਾਂ ਆਪਾਂ ਜੀਵਿਤ ਬੈਠੇ ਹਾਂ ਨਾ, ਅਤੇ ਸਾਹ ਲੱਭ ਲਓ ਕਿੱਥੋਂ ਆ ਰਿਹਾ। ਸਾਹ ਆ ਰਿਹਾ ਹੈ ਖਾਲੀ ਖਲਾਅ 'ਚੋਂ। ਕਿੱਥੋਂ ਆ ਰਿਹਾ ਜੀ? ਆ ਸਪੇਸ ਵਿੱਚੋਂ ਆ ਰਿਹਾ, ਮੈਨੂੰ ਵੀ ਇੱਥੋਂ ਆ ਰਿਹਾ ਅਤੇ ਤੁਹਾਨੂੰ ਵੀ ਇੱਥੋਂ ਆ ਰਿਹਾ। ਸਾਰੀ 84 ਲੱਖ ਜੂਨ ਨੂੰ ਸਾਹ ਇਹਦੇ ਵਿੱਚੋਂ ਆ ਰਿਹਾ। ਅਤੇ ਇਹ ਕਿੱਡਾ ਵੱਡਾ? ਬਹੁਤ ਵੱਡਾ, ਇਹਦਾ ਕਿਸੇ ਨੇ ਅੰਤ ਨਹੀਂ ਪਾਇਆ। ਇਹ ਅਸਲ ਸੱਚਖੰਡ ਆ, ਇਹਨੂੰ ਕਹਿੰਦੇ ਨੇ ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਜ਼ਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨਾ। ਇਹਦੇ ਵਿੱਚ ਕਿੱਡੇ ਕਿੱਡੇ ਪਹਾੜ ਨੇ, ਹਾਂਜੀ, ਕਿੰਨੇ ਕਿੰਨੇ ਸਮੁੰਦਰ ਨੇ, ਨਦੀਆਂ ਨਾਲੇ ਨੇ, ਆਕਾਸ਼ ਆ, ਚੰਦ ਸੂਰਜ ਆ, ਸਾਰਾ ਕੁਛ ਇਹਦੇ ਵਿੱਚ ਹੀ, ਖੰਡ ਮੰਡਲ ਵਰ ਭੰਡ। ਕਿਸੇ ਨੇ ਕੋਈ ਗਿਣਤੀ ਨਹੀਂ ਕੀਤੀ, ਕਰ ਨਹੀਂ ਸਕਦਾ, ਬੇਅੰਤ ਆ, ਪਰੇ ਤੋਂ ਪਰੇ ਆ। ਉਸ ਮਾਲਕ ਨੇ ਇਸ ਮਨ ਨੂੰ ਨੱਥ ਪਾ ਤੀ, ਪੌਣ ਰੂਪੀ ਨੱਥ ਪਾ ਤੀ। ਠੀਕ ਹੈ ਜੀ? ਤੁਹਾਡੇ ਵੀ ਮਨਾਂ ਨੂੰ ਪਾ ਤੀ। ਅਤੇ ਹੁਣ ਨੱਥ, ਪਹਿਲਾਂ ਆਪਾਂ ਦੇਖੀਏ ਵੀ ਨੱਥ ਪਾਉਣ ਵਾਲਾ ਜਿੱਥੋਂ ਉਹਨੇ ਨੱਥ ਪਾਈ ਆ ਉੱਥੇ ਆ, ਅਤੇ ਉਹ ਕਿੱਥੋਂ ਪਾਈ ਆ? ਇੱਥੋਂ ਪਾਈ ਆ। ਅਤੇ ਮਹਾਰਾਜ ਦੀ ਬਾਣੀ 'ਚ ਇਹ ਵੀ ਦੱਸਿਆ, ਕਹਿੰਦੇ ਜੇ ਅਸੀਂ ਇਹ ਨਹੀਂ ਬੁੱਝ ਸਕਦੇ ਵੀ ਸਾਹ ਸਾਨੂੰ ਕਿੱਥੋਂ ਆ ਰਿਹਾ, ਇੰਨਾ ਹੀ ਬੁੱਝ ਲਓ ਵੀ ਸਾਹ ਵਾਪਸ ਕਿੱਥੇ ਜਾ ਰਿਹਾ, ਸਾਹ ਸਾਨੂੰ ਕਿੱਥੋਂ ਆ ਰਿਹਾ। ਜੇ ਨਹੀਂ ਬੁੱਝਿਆ ਤਾਂ ਇੰਨਾ ਬੁੱਝ ਲਓ ਵੀ ਸਾਹ ਅੰਦਰ ਜਾ ਕੇ ਧੁੰਨੀ ਦੇ ਉੱਤੇ ਟੱਕਰ ਖਾ ਕੇ ਵਾਪਸ ਨਿਕਲਦਾ, ਵਾਪਸ ਕਿੱਧਰ ਜਾਂਦਾ? ਵਾਪਸ ਇੱਥੇ ਜਿੱਥੋਂ ਆਇਆ ਹੁੰਦਾ ਉੱਧਰ ਹੀ ਜਾਂਦਾ, ਕਿਉਂਕਿ ਪੌਣ ਦਾ ਜਿਹੜਾ ਨਿਵਾਸ ਆ, ਪੌਣ ਦਾ ਜਿਵੇਂ ਆਪਣੇ ਘਰਾਂ ਦੇ ਵਿੱਚ ਆਪਾਂ ਵੱਸਦੇ ਹਾਂ, ਆਪਾਂ ਕਹਿੰਦੇ ਹਾਂ ਫਲਾਣੇ ਦਾ ਨਿਵਾਸ, ਪੌਣ ਦਾ ਨਿਵਾਸ ਕਿੱਥੇ ਆ? ਸੁੰਨ ਵਿੱਚ। ਪੌਣ ਕਾ ਵਾਸਾ ਸੁੰਨ ਨਿਵਾਸਾ, ਅਕਲ ਕਲਾ ਧਰਸੋਈ। ਇਹ ਵਿਧੀ ਦੱਸਤੀ, ਕਹਿੰਦੇ ਅਕਲ ਕਲਾ, ਮਤਲਬ ਕਿ ਵੀ ਇੱਥੇ ਤੁਸੀਂ ਧਿਆਨ ਲਾ ਕੇ ਬਹਿ ਜਾਓ। ਹੁਣ ਪੌਣ ਕਿੱਥੋਂ ਆ ਰਹੀ ਹੈ, ਸਾਹ ਸਾਨੂੰ ਕਿੱਥੋਂ ਆ ਰਿਹਾ, ਮੈਂ ਨਿਖੇੜ ਕੇ ਦੱਸਣਾ ਚਾਹੁੰਦਾ। ਇਹ ਅਸੀਂ ਬਰੀਕੀ 'ਚ ਪ੍ਰੈਕਟੀਕਲ ਕੀਤਾ, ਅਜਮਾ ਅਜਮਾ ਕੇ ਦੇਖਿਆ, ਅਤੇ ਤਾਂ ਹੀ ਆਪਾਂ ਮੈਕ 'ਚ ਬੋਲ ਕੇ ਦੱਸਦੇ ਹਾਂ। ਜਿਹੜੀ ਚੀਜ਼ ਦਾ ਪ੍ਰੈਕਟੀਕਲ ਨਹੀਂ ਹੋਏਗਾ, ਮੈਨੂੰ ਕੋਈ ਕਹੇ ਦੱਸੋ, ਮੈਂ ਕਦੀ ਨਹੀਂ ਦੱਸਾਂਗਾ ਮੇਰਾ ਪ੍ਰੈਕਟੀਕਲ ਨਹੀਂ ਹੈਗਾ। ਮੈਂ ਕਿਉਂ ਝੂਠ ਬੋਲਾਂ? ਮੈਂ ਕਿਉਂ ਆਈਡੀਆ ਲਾਵਾਂ, ਅੰਦਾਜ਼ਾ ਲਾਵਾਂ? ਮੈਂ ਸੰਗਤ ਨੂੰ ਕਿਉਂ ਡਬਲ ਮਾਈਂਡ ਕਰਾਂ? ਜਿਹੜਾ ਮੇਰਾ ਪ੍ਰੈਕਟੀਕਲ ਉਹ ਮੈਂ ਦੱਸਾਂਗਾ। ਪ੍ਰੈਕਟੀਕਲ ਕੀ ਹੋਇਆ, ਸਰਦੀ ਦੀ ਰੁੱਤ, ਅਤੇ ਖੋਜੀ ਸੀਗੇ ਆਪਾਂ, ਬਹੁਤ ਪੁਰਾਣੀ ਗੱਲ, ਉਦੋਂ ਭਾਈ ਸਾਹਿਬ ਦੀ ਸੰਗਤ ਸ਼ੁਰੂ ਕੀਤੀ ਸੀ,
ਅਤੇ ਧੁੰਦ ਪੈ ਰਹੀ ਹੈ, ਟੀਵੀ ਦੇ ਉੱਤੇ ਪ੍ਰੋਗਰਾਮ ਚੱਲਦਾ, ਅਤੇ ਜਿਹੜਾ ਕੋਈ ਬੋਲਦਾ ਮੈਕ ਕਰ ਰਿਹਾ ਅੱਗੇ ਉਹਦੇ ਐਂਕਰ ਅੱਗੇ, ਉਹ ਬੋਲਦਾ, ਜਿਹੜਾ ਬੋਲਦਾ ਉਹਦੇ ਮੂੰਹ 'ਚੋਂ ਵੀ ਨਿਕਲਦੀ ਹੈ ਉਹ, ਅਤੇ ਨੱਕ 'ਚੋਂ ਵੀ ਨਿਕਲਦੀ ਹੈ, ਉਹ ਨਿਕਲਦੀ ਨਾ ਆਹ ਥੋੜ੍ਹੀ ਜਿਹੀ ਧੁੰਦੀ ਜੀ, ਹੈ ਨਾ, ਉਹ ਇੱਥੋਂ ਨਿਕਲ ਕੇ ਐਂ ਜਾ ਕੇ ਇੱਥੇ ਖਤਮ ਹੁੰਦੀ ਹੈ, ਅਤੇ ਆਪਣੇ ਸਾਰਿਆਂ ਦੇ ਅੰਦਰ ਮਾਲਕ ਇੱਥੇ ਬੈਠਾ। ਇਹਨੂੰ ਕਹਿੰਦੇ ਨੇ ਅਕਾਲ ਤਖਤ। ਕੀ ਕਹਿੰਦੇ ਜੀ? ਅਕਾਲ ਤਖਤ। ਇੱਥੇ ਸਾਡੇ ਮਨ ਦਾ ਫੈਸਲਾ ਇੱਥੇ ਹੋਣਾ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਜਿਵੇਂ ਆਪਾਂ ਬਾਹਰ ਹਰਿਮੰਦਰ ਸਾਹਿਬ, ਹਰੀ ਦੇ ਮੰਦਰ ਦੇ ਸਾਹਮਣੇ ਅਕਾਲ ਤਖਤ ਸਾਹਿਬ ਆ, ਉੱਥੇ ਸਾਡੇ ਦੁਨਿਆਵੀ ਜਿਹੜੇ ਫੈਸਲੇ ਨੇ ਉਹ ਉੱਥੇ ਹੁੰਦੇ ਨੇ, ਆਪਣੀ ਅਦਾਲਤ ਸਭ ਤੋਂ ਵੱਡੀ ਉਹ ਆ। ਇੱਧਰ ਜਦੋਂ ਸਰੀਰ ਛੱਡਣਾ, ਇੱਥੇ ਮਾਲਕ ਬੈਠਾ ਹੈ ਤਖ਼ਤ 'ਤੇ, ਉਹਨੇ ਕਿਹਾ ਲਿਆ ਵੀ ਹਿਸਾਬ ਦੇ, ਉੱਥੇ ਫਿਰ ਹਿਸਾਬ ਕਿਤਾਬ ਹੁੰਦਾ। ਹੁਣ ਪੌਣ ਇੱਥੇ ਇੱਥੋਂ ਚੱਲਦੀ ਚੱਲਦੀ ਨਾ ਧੁੰਦ ਜੀ ਹੁੰਦੀ ਇੱਥੇ ਗਾਇਬ ਹੋ ਜਾਂਦੀ, ਇੱਥੇ ਗਾਇਬ ਹੋ ਜਾਂਦੀ, ਇੱਥੇ ਆ ਫਿਰ ਮਾਲਕ। ਅਤੇ ਛੋਟਾ ਬੱਚਾ ਜਦੋਂ ਇਕੱਲਾ ਖੇਡਦਾ ਹੋਵੇ, ਉਹਨੂੰ ਉਹਦੇ ਵੱਲ ਦੂਰੋਂ ਖੜ ਕੇ ਦੇਖਣਾ ਵੀ ਕਿੱਥੇ ਦੇਖਦਾ ਇਹ, ਉਹਨੂੰ ਡਿਸਟਰਬ ਨਾ ਕਰੋ, ਕੋਲ ਜਾ ਕੇ ਉਹਨੂੰ ਬੁਲਾਓ, ਉਹਨੂੰ ਦੇਖੋ ਵੀ ਉਹਦੀ ਅੱਖ ਕਿੱਥੇ ਆ, ਅਤੇ ਜਦੋਂ ਇਕੱਲਾ ਹੀ ਹੱਸੀ ਜਾਂਦਾ ਖੇਡੀ ਜਾਂਦਾ, ਅਤੇ ਉਦੋਂ ਇੱਥੇ ਦੇਖਦਾ ਉਹ ਕਿੱਥੇ ਦੇਖਦਾ, ਐਂ ਬੈਠਾ ਹੱਸੀ ਜਾਂਦਾ, ਅਤੇ ਉਹਨੂੰ ਹਸਾ ਰਿਹਾ ਕੌਣ? ਉਹਦਾ ਪਿਤਾ ਅਕਾਲ ਪੁਰਖ। ਮਨ ਬੱਚੇ ਨੂੰ ਹਸਾ ਰਿਹਾ, ਖੁਸ਼ ਹੋ ਰਿਹਾ, ਦਰਸ਼ਨ ਕਰ ਰਿਹਾ। ਅਤੇ ਜਦੋਂ ਛੋਟਾ ਹੁੰਦਾ ਬੱਚਾ, ਉਦੋਂ ਖੁਦ ਟਰਾਈ ਕਰਦਾ, ਜਦੋਂ ਸਾਹ ਲੰਬੇ ਲੰਬੇ ਲੈਂਦਾ, ਸਾਹ ਰੋਕਦਾ, ਅਤੇ ਮਾਲਕ ਦੇ ਦਰਸ਼ਨ ਹੁੰਦੇ, ਖੁਸ਼ ਹੋ ਜਾਂਦਾ ਵੀ ਮੈਂ ਤਾਂ ਵਿਛੋੜਾ ਪੈ ਗਿਆ ਸੀ, ਮੈਂ ਫਿਰ ਮਿਲ ਗਿਆ, ਖੁਸ਼ ਹੋਇਆ, ਚਾਹ ਚੜ੍ਹ ਗਿਆ ਉਹਨੂੰ। ਹੁਣ ਸਾਹ ਜ਼ਿਆਦਾ ਦੇਰ ਰੋਕ ਨਹੀਂ ਸਕਦਾ, ਜਦੋਂ ਸਾਹ ਬਦਲਿਆ, ਮਾਲਕ ਪਿੱਛੇ ਹਟ ਗਿਆ, ਨਾਲ ਹੀ ਬੱਚੇ ਨੇ ਕੀ ਕੀਤਾ, ਰੋਣਾ ਜਿਹਾ ਮੂੰਹ ਬਣਾ ਲਿਆ। ਪਿੰਡਾਂ ਸ਼ਹਿਰਾਂ 'ਚ ਕਹਿੰਦੇ ਵਿਉਹ ਮਾਤਾ ਸੌਂਦੀ ਹੈ, ਵਿਉਹ ਮਾਤਾ ਨਹੀਂ, ਮਾਲਕ ਦੇ ਦਰਸ਼ਨ ਹੁੰਦੇ, ਫਿਰ ਖੁਸ਼ ਹੁੰਦਾ, ਹੱਸਦਾ, ਅਤੇ ਸਵਾਸ ਬਦਲਦਾ, ਅਤੇ ਮਾਲਕ ਪਿੱਛੇ ਹਟ ਜਾਂਦਾ, ਅਤੇ ਰੋਣਾ ਜੇ ਬੁੱਲ ਬਣਾ ਲੈਂਦਾ, ਦੋ ਕੰਮ ਇਕੱਠੇ ਕਰਦਾ। ਫਿਰ ਤੁਸੀਂ ਇਹ ਜੋ ਦੱਸਿਆ ਜਾਂਦਾ ਇਹਨਾਂ ਨੂੰ ਬੱਚਿਆਂ ਦੇ ਘਰ ਰਿਸ਼ਤੇਦਾਰੀ 'ਚੋਂ ਬੱਚਾ ਜਾਂ ਕੋਈ ਵੀ ਉਹਦੇ ਵੱਲ ਵੇਖਣਾ ਵੀ ਇਹ ਕੀ ਕਰਦਾ। ਭਗਤਾਂ ਨੇ ਇੱਥੋਂ ਭਗਤੀ ਚੱਕੀ ਸ਼ੁਰੂ ਕੀਤੀ, ਭਗਤਾਂ ਨੇ ਭਗਤੀ ਕਿੱਥੋਂ ਸ਼ੁਰੂ ਕੀਤੀ ਜੀ? ਬੱਚਿਆਂ ਤੋਂ। ਨਵਾਂ ਉਹ ਕਹਿੰਦੇ ਬੱਚਾ ਆਇਆ, ਜਨਮ ਲਿਆ, ਵੀ ਇਹ ਨਵਾਂ ਕੁਛ ਕਰੇਗਾ, ਵੀ ਇਹਦੇ ਆਸੇ ਪਾਸੇ ਬੈਠੋ। ਖੋਜੀ ਬੰਦੇ ਜਿਹੜੇ ਹੁੰਦੇ ਨੇ ਉਹ ਬੈਠ ਜਾਂਦੇ ਨੇ, ਉਹ ਬੱਚੇ ਨੇ ਜੋ ਮੈਂ ਤੁਹਾਨੂੰ ਦੱਸਿਆ ਉਵੇਂ ਕੀਤਾ, ਲੰਬੇ ਲੰਬੇ ਸਾਹ ਲਏ, ਸਾਹ ਰੋਕਿਆ, ਹੱਸਿਆ, ਕਹਿੰਦੇ ਕੁਛ ਤਾਂ ਦੱਸਿਆ ਇਹਨੂੰ, ਜਿਹੜਾ ਹੱਸਿਆ ਵੀ ਕੁਛ ਤਾਂ ਹੈ, ਆਪਾਂ ਵੀ ਕਰਕੇ ਦੇਖੀਏ। ਉਹ ਭਗਤਾਂ ਨੇ ਵੀ ਉਵੇਂ ਕੀਤਾ, ਅੱਜ ਕੀਤਾ, ਕੱਲ੍ਹ ਕੀਤਾ, ਉਹਨਾਂ ਨੂੰ ਵੀ ਅੱਗੇ ਆਵਾਜ਼ ਆਈ, ਦੱਸਣ ਲੱਗੇ, ਆਪਸ ਵਿੱਚ ਮੀਟਿੰਗ ਕੀਤੀ, ਕਹਿੰਦੇ ਹਾਂ ਵੀ ਤੈਨੂੰ ਕੁਛ ਹੋਇਆ ਅੱਗੇ, ਤੈਨੂੰ ਹੋਇਆ। ਉਹ ਸਾਰੇ ਆਪੋ ਆਪਣਾ ਦੱਸਣ ਲੱਗੇ, ਮੈਨੂੰ ਆਹ ਹੋਇਆ। ਉਹ ਕਹਿੰਦੇ ਕੁਛ ਤਾਂ ਹੈ, ਅੱਗੇ ਇੱਕ ਆਵਾਜ਼ ਆ ਰਹੀ ਹੈ। ਕੀ ਕਹਿੰਦੇ ਜੀ? ਆਵਾਜ਼ ਆ ਰਹੀ ਹੈ, ਇੱਕ ਗੂੰਜ ਪੈ ਰਹੀ ਹੈ ਵੀ ਕੁਛ ਤਾਂ ਹੈ, ਅੱਗੇ ਤਾਂ ਕਦੀ ਸੁਣੀ ਨਹੀਂ। ਹੋਰ ਕਰਦੇ ਗਏ, ਫਿਰ ਕਹਿੰਦੇ ਜੀ ਹੁਣ ਮੂੰਹ ਮਿੱਠਾ ਹੋ ਗਿਆ, ਬਿਨਾਂ ਮਿੱਠਾ ਖਾਧੇ, ਕਹਿੰਦੇ ਵੀ ਕੁਛ ਤਾਂ ਹੈ। ਉਹ ਟਰਾਈ ਕਰਦੇ ਗਏ, ਕਈ ਦਿਨ ਟਰਾਈ ਕੀਤੀ, ਫਿਰ ਅੱਗੇ ਹੋਰ ਬੈਠੇ, ਜ਼ਿਆਦਾ ਸਮਾਂ ਦੇ ਦਿੱਤਾ ਬੈਠਣ ਨੂੰ। ਫਿਰ ਇੱਕ ਦਿਨ ਪ੍ਰਕਾਸ਼ ਹੋਇਆ, ਮਾਲਕ ਦੇ ਦਰਸ਼ਨ ਹੋਏ, ਖੁਸ਼ ਹੋਏ, ਕਹਿੰਦੇ ਵੀ ਇਹਨੂੰ ਦੇਖ ਕੇ ਹੱਸਦਾ ਸੀ। ਇਹ ਆ ਮੂਲ ਆਪਣਾ ਸਾਰਿਆਂ ਦਾ, ਸਾਡੇ ਸਾਰਿਆਂ ਦਾ ਮੂਲ ਕੌਣ ਆ ਜੀ? ਪਰਮਾਤਮਾ। ਪਰਮਾਤਮਾ ਨੂੰ ਆਪਾਂ ਕਹਿੰਦੇ ਹਾਂ ਸੱਚ, ਅਤੇ ਸੱਚ ਹੈ ਪ੍ਰਕਾਸ਼। ਸੱਚ ਕੀ ਆ ਜੀ? ਪ੍ਰਕਾਸ਼। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀ ਜਾਏ, ਉਹ ਪ੍ਰਕਾਸ਼ ਦੇ ਆਪਾਂ ਸਾਰੇ ਬੱਚੇ ਹਾਂ। ਸਾਰੀ ਸ੍ਰਿਸ਼ਟੀ ਪ੍ਰਕਾਸ਼ ਤੋਂ ਪੈਦਾ ਹੋਈ ਹੈ। ਉਹ ਪ੍ਰਕਾਸ਼ ਵਿੱਚੋਂ ਸਾਊਂਡ ਆਈ, ਆਵਾਜ਼ ਆਈ, ਧਮਾਕਾ ਹੋਇਆ, ਤਾਂ ਦੁਨੀਆ ਦਾ ਪਸਾਰਾ ਹੋਇਆ। ਉਹ ਆਵਾਜ਼ ਆਈ, ਸਾਊਂਡ ਆਈ, ਉਹਨੂੰ ਕਹਿੰਦੇ ਕਵਾਉਣਾ। ਕੀਤਾ ਪਸਾਓ, ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਲੱਖਾਂ ਦਰਿਆਵਾਂ ਦਾ ਵਹਿਣ ਵਹਿ ਤੁਰਿਆ ਜਦੋਂ ਮਾਲਕ ਕਵਾਇਆ। ਹੁਣ ਭਗਤਾਂ ਨੇ ਉਹਨਾਂ ਵੱਲ, ਬੱਚੇ ਵੱਲ ਵੇਖ ਕੇ ਭਗਤੀ ਸ਼ੁਰੂ ਕੀਤੀ ਵੀ ਨਵਾਂ ਨਵਾਂ ਆਇਆ ਇਹ ਕੁਛ ਕਰੇਗਾ, ਅਤੇ ਦੇਖੋ ਉਹਨਾਂ ਨੇ ਪ੍ਰਾਪਤੀ ਕਰ ਲਈ। ਅਤੇ ਉਹਨਾਂ ਦੇ ਨਾਂ ਦਰਜ ਹੋ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ। ਅਤੇ
ਆਪਾਂ ਵੀ ਕਰੀਏ, ਸਾਡੇ ਲਈ ਵੀ ਉਹ ਗੁਰੂ ਗ੍ਰੰਥ ਸਾਹਿਬ ਦੇ ਕੇ। ਕਈ ਕਹਿੰਦੇ ਜੀ ਗੁਰੂ ਮਹਾਰਾਜ ਨੂੰ ਐਵੇਂ ਲੋਕ ਵਾਰ ਵਾਰ ਮੱਥਾ ਟੇਕਦੇ ਆ, ਹੈ ਨਾ, ਅਤੇ ਕਿੰਨੀ ਮਿਹਨਤ ਕੀਤੀ ਆ ਜੀ, ਹਾਜ਼ਰ ਨੇ। ਜੇ ਇੱਕ ਨਾਸਤਿਕ ਬੰਦਾ ਜਿਹੜਾ ਕਹਿੰਦਾ ਰੱਬ ਹੈ ਨਹੀਂ, ਨਾਸਤਿਕ ਬੰਦਾ, ਜੇ ਉਹਦੇ ਉਹਨੂੰ ਸੁਣਨ ਵਾਲੇ, ਉਹਨੂੰ ਮੰਨਣ ਵਾਲੇ ਉਹਦੀ ਬੁੱਕਸ 'ਤੇ ਭਰੋਸਾ ਕਰ ਸਕਦੇ ਆ, ਉਹਦੀ ਇੱਕ ਬੁੱਕਸ ਤਿਆਰ ਕੀਤੀ ਹੋਈ ਹੈ ਕਾਰਲ ਮਾਰਕਸ ਦੀ, ਉਹ ਕਾਮਰੇਡਾਂ ਦਾ ਮੁਖੀ ਹੋਇਆ, ਸੋਚ ਵਧੀਆ ਸੀ, ਪਰ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੱਡਾ ਕੋਈ ਕਾਮਰੇਡ ਹੀ ਨਹੀਂ ਸੀ। ਕਿੱਡੀ ਭਲਾਈ, ਸਾਇੰਸ ਨੇ ਤਰੱਕੀ ਕੀਤੀ, ਦ੍ਰਿਸ਼ਟਮਾਨ ਖੋਜਾਂ ਕੀਤੀਆਂ ਸਾਇੰਸ ਨੇ, ਕਿਹੜੀਆਂ ਕੀਤੀਆਂ ਜੀ, ਦ੍ਰਿਸ਼ਟਮਾਨ ਮੋਬਾਈਲ ਬਣਾਤਾ, ਦ੍ਰਿਸ਼ਟਮਾਨ ਉਪਗ੍ਰਹਿ ਬਣਾਤਾ, ਦ੍ਰਿਸ਼ਟਮਾਨ TV ਬਣਾਤੇ, ਹੋਰ ਕੁਛ ਕਿੰਨਾ ਕੁਛ ਬਣਾਤਾ ਸਾਇੰਸ ਨੇ। ਪਰ ਗੁਰੂ ਨਾਨਕ ਦੇਵ ਜੀ ਨੇ ਖੋਜ ਕਿਹਦੀ ਕੀਤੀ, ਜਿਹੜਾ ਇਹ ਸਰੀਰ ਨੂੰ ਚਲਾ ਰਿਹਾ ਅਦ੍ਰਿਸ਼ਟ ਜਿਹੜਾ ਦਿਸਦਾ ਨਹੀਂ, ਉਹ ਕੌਣ ਆ, ਉਹ ਆ ਮਨ। ਅਤੇ ਗੁਰੂ ਨਾਨਕ ਦੇਵ ਜੀ ਨੇ ਮਨ ਦੀ ਖੋਜ ਕਰਨ ਨੂੰ ਕਿਹਾ, ਅਤੇ ਕੀ ਕਹਿੰਦੇ, ਕਹਿੰਦੇ ਮਨ ਜਦੋਂ ਆਪਾਂ ਸੌਂ ਜਾਂਦੇ ਹਾਂ, ਨੀਂਦ ਵਿੱਚ ਚਲੇ ਜਾਂਦੇ ਹਾਂ, ਉਦੋਂ ਸੁੱਤਿਆਂ ਪਿਆਂ ਕੋਈ ਪਤਾ ਨਹੀਂ ਹੁੰਦਾ ਆਸੇ ਪਾਸੇ ਕੀ ਹੋ ਰਿਹਾ ਹੈ, ਕੀ ਗੱਲਾਂ ਹੋ ਰਹੀਆਂ ਨੇ, ਉਦੋਂ ਮਨ ਕਿੱਥੇ ਚਲਾ ਗਿਆ। ਕਹਿੰਦੇ ਲੱਭੋ, ਕੀ ਕਹਿੰਦੇ ਆਪਾਂ ਨੂੰ, ਖੋਜੋ ਮਨ ਨੂੰ ਖੋਜੋ। ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੁੱਟੇ ਮਨ ਕਹਾਂ ਸਮਾਈ। ਕਹਿੰਦੇ ਤਨ ਛੱਡ ਗਏ ਹਾਂ, ਮਨ ਕਿੱਥੇ ਚਲਾ ਗਿਆ, ਲੱਭੋ। ਉਹ ਖੋਜ ਕਰਾਈ ਗੁਰੂ ਨਾਨਕ ਦੇਵ ਮਹਾਰਾਜ ਦੇ। ਫਿਰ ਵੱਡੇ ਸਾਇੰਟਿਸਟ ਕੌਣ ਹੋਏ, ਇੱਕ ਦ੍ਰਿਸ਼ਟਮਾਨ ਖੋਜ ਕੀਤੀ ਕਿਸੇ ਨੇ, ਇੱਕ ਨੇ ਅਦਿੱਖ ਦੀ ਖੋਜ ਕੀਤੀ, ਜਿਹੜਾ ਦਿਸਦਾ ਹੀ ਨਹੀਂ ਉਹਦੀ ਖੋਜ ਕੀਤੀ, ਅਤੇ ਫਿਰ ਉਹ ਗੁਰੂ ਨਾਨਕ ਦੇਵ ਜੀ ਸੀ। ਕੌਣ ਸੀ ਜੀ, ਗੁਰੂ ਨਾਨਕ ਦੇਵ। ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੋਰ ਕਲੀਅਰ ਕੀਤਾ। ਮੈਨੂੰ ਕੱਲ੍ਹ ਕੋਈ ਮੂਵੀ ਮੈਂ ਦੇਖ ਰਿਹਾ ਸੀ, ਛੋਟਾ ਜਿਹਾ ਕਿਸੇ ਨੇ ਪਾਇਆ ਮੈਨੂੰ, ਉਹਦੇ ਵਿੱਚ ਇੱਕ ਬੰਦਾ ਕੀ ਕਰਦਾ, ਉਹਨੇ ਬੜੀਆਂ, ਮੈਂ ਭੁਲੇਖੇ 'ਚ ਰਹਿ ਗਿਆ, ਉਹਨੇ 1008 ਧੂਣੀਆਂ ਲਾਈਆਂ, ਪਾਥੀਆਂ ਰੱਖ ਕੇ ਅੱਗ ਲਾ ਕੇ ਉਹਨਾਂ ਦੇ ਵਿੱਚ ਬੈਠਦਾ ਸੀ, ਉਹ ਸਰੀਰ ਨੂੰ ਕਸ਼ਟ ਦਿੰਦਾ ਸੀ। ਕੀ ਦਿੰਦਾ ਸੀ, ਵੈਸੇ ਤਾਂ ਉਹ ਕੈਮੀਕਲ ਲਾ ਲੈਂਦੇ ਹੁੰਦੇ ਆ ਜੀ, ਹੈ ਨਾ, ਕੋਈ ਲੱਗਦਾ ਨਹੀਂ ਹੁੰਦਾ, ਉਹ ਸਰੀਰ ਨੂੰ ਕਸ਼ਟ ਦਿੰਦਾ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਦੀ ਭਗਤੀ 'ਤੇ ਕਾਂਟਾ ਮਾਰਤਾ, ਕਹਿੰਦੇ ਜਿਹੜੇ ਸਰੀਰ ਨੂੰ ਕਸ਼ਟ ਦਿੰਦੇ ਆ ਭਗਤੀ ਇਹ ਨਹੀਂ ਕਰਨੀ, ਭਗਤੀ ਉਹ ਕਰਨੀ ਆ ਜਿਹੜੀ ਮਨ ਨੂੰ ਟਿਕਾਏ, ਤਨ ਨੂੰ ਨਹੀਂ ਮਨ ਨੂੰ ਟਿਕਾਏ। ਤਨ ਟਿਕਾ ਲਿਆ, ਮਨ ਤਾਂ ਟਿਕਿਆ ਹੀ ਨਹੀਂ, ਮਨ ਤਾਂ ਭੱਜਿਆ ਫਿਰਦਾ ਰਿਸ਼ਤੇਦਾਰੀਆਂ 'ਚ, ਲੈਣ ਦੇਣ ਦੇ ਵਿੱਚ, ਜਿਸ ਤਰ੍ਹਾਂ ਦੀ ਸੋਚ ਆ ਬੰਦੇ ਦੀ ਉਹੋ ਜਿਹੇ ਵਿਚਾਰਾਂ 'ਚ ਭੱਜਿਆ ਫਿਰਦਾ। ਕਈਆਂ ਦੀ ਕੰਮ ਹੀ ਸੋਚ ਉਹ ਕੰਮ ਦੇ ਵਿਚਾਰਾਂ 'ਚ ਭੱਜੇ ਫਿਰਦੇ ਆ, ਕਿਸੇ ਦੀ ਗੁੱਸੇ ਵਾਲੀ ਉਹ ਗੁੱਸੇ ਦੇ ਵਿਚਾਰਾਂ 'ਚ ਤੁਰੇ ਫਿਰਦੇ ਆ, ਕਿਸੇ ਦੀ ਲਾਲਚ ਵਾਲੀ ਉਹ ਲਾਲਚੀ ਵਿਚਾਰ ਬਣਾਈ ਜਾਂਦੇ ਆ, ਵੀ ਕਿਸੇ ਨਾ ਕਿਸੇ ਨਾਲ ਧੋਖਾ ਠੱਗੀ ਕਰਕੇ ਮੇਰੇ ਕੋਲ ਆ ਜਾਏ ਸਾਰਾ ਕੁਛ, ਲੋਕ ਭਾਵੇਂ ਭੁੱਖੇ ਰਹਿਣ ਮੇਰੇ ਕੋਲ ਆ ਜਾਏ, ਆਹ ਚੀਜ਼ ਮੇਰੇ ਕੋਲ ਹੋਣੀ ਚਾਹੀਦੀ, ਕਿਸੇ ਕੋਲ ਨਹੀਂ ਹੋਣੀ ਚਾਹੀਦੀ। ਲਾਲਚ ਹੋ ਗਿਆ, ਮੋਹ ਹੋ ਗਿਆ, ਮਕਸਦ ਹੋ ਗਿਆ, ਹੰਕਾਰ ਹੋ ਗਿਆ, ਹਉਮੈ ਹੋ ਗਈ, ਅਲੱਗ ਅਲੱਗ ਲੋਕਾਂ ਦੀ ਸੋਚ ਆ, ਅਤੇ ਅਲੱਗ ਅਲੱਗ ਪਕੜ ਵਿੱਚ ਨੇ, ਅਲੱਗ ਅਲੱਗ ਪਕੜ ਵਿੱਚ ਨੇ, ਅਤੇ ਸਾਰੇ ਦੇ ਸਾਰੇ ਮਨ ਜਿੰਨੇ ਇੱਥੇ ਆਏ ਹੋਏ ਆ, ਮਨ ਸਾਰੇ ਦੇ ਸਾਰੇ ਮਨ ਕਾਲ ਨੇ ਆਪਦੀ ਪਕੜ ਵਿੱਚ ਕੀਤੇ ਹੋਏ ਆ, ਕਾਲ ਨੇ ਆਪਣੀ ਪਕੜ 'ਚ ਕੀਤੇ ਆ। ਸਿਰਫ ਇੱਕ ਗੁਰੂ ਆ, ਕੌਣ ਆ ਜੀ, ਗੁਰੂ, ਉਹਨੂੰ ਨਹੀਂ ਉਹਨੇ ਪਕੜ 'ਚ ਕੀਤਾ, ਕਰ ਹੀ ਨਹੀਂ ਸਕਦਾ ਉਹਨੂੰ। ਹੁਣ ਤੁਸੀਂ ਕਹੋਗੇ ਜੀ ਇਹ ਕਿੱਥੇ ਲਿਖਿਆ, ਗੁਰਬਾਣੀ 'ਚ ਲਿਖਿਆ ਮਹਾਰਾਜ, ਕਹਿੰਦੇ ਸਭ ਜੱਗ, ਦੇਖੋ ਇਕੱਲੇ ਪੰਜਾਬ ਹਿੰਦੁਸਤਾਨ ਦੀ ਗੱਲ ਨਹੀਂ ਕਰ ਰਹੇ ਮਹਾਰਾਜ, ਸਾਰੇ ਸੰਸਾਰ ਦੀ ਗੱਲ ਕਰ, ਕਹਿੰਦੇ ਸਭ ਜੱਗ ਬੰਧਿਓ ਕਾਲ ਕੋ, ਸਭ ਜੱਗ ਬੰਧਿਓ ਕਾਲ ਕੋ, ਬਿਨ ਗੁਰ ਕਾਲ ਅਫਾਰ। ਇੱਕ ਗੁਰੂ ਬਾਹਰ ਆ ਕਾਲ ਦੀ ਪਕੜ 'ਚੋਂ, ਜਿਹੜਾ ਗੁਰੂ ਬਾਹਰ ਆ ਕਾਲ ਦੀ ਪਕੜ 'ਚੋਂ, ਸਾਨੂੰ ਉਹਦੀ ਸ਼ਰਨ ਵਿੱਚ ਜਾਣਾ ਪਏਗਾ, ਅਤੇ ਸਾਨੂੰ ਉਹ ਕਾਲ ਦੀ ਪਕੜ 'ਚੋਂ ਬਾਹਰ ਕੱਢ ਲਏਗਾ। ਅਤੇ ਕਾਲ ਦੀ ਪਕੜ 'ਚੋਂ ਬਾਹਰ ਕੌਣ ਸੀ, ਗੁਰੂ ਨਾਨਕ ਦੇਵ ਮਹਾਰਾਜ। ਫਿਰ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਕਾਲ ਦੀ ਪਕੜ 'ਚੋਂ ਬਾਹਰ ਕੱਢਿਆ, ਫਿਰ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਕੱਢਿਆ,
ਦਸ਼ਮੇਸ਼ ਪਿਤਾ, ਭਗਤ ਸਾਰੇ, ਸਿੱਖ ਸਾਰੇ, ਜਿਨ੍ਹਾਂ ਨੇ ਪ੍ਰੈਕਟੀਕਲ ਗੁਰੂ ਮਾਏ ਉਹ ਕਾਲ ਦੀ ਪਕੜ 'ਚੋਂ ਬਾਹਰ ਹੋ ਗਏ ਅਤੇ ਉਹ ਸਾਡੀ ਹੁਣ ਰਹਿਨੁਮਾਈ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਰੂਪ ਵਿੱਚ ਕਹਿੰਦੇ, ਪੁੱਛੋ ਬੁੱਤ ਆ ਕੇ ਜੋ ਪੁੱਛਣਾ ਮੈਨੂੰ। ਪਰ ਅਸੀਂ ਪੁੱਛਣ ਦੀ ਅਵਸਥਾ 'ਚ ਹੋਵਾਂਗੇ ਤਾਂ ਸਾਨੂੰ ਸਮਝ ਲੱਗੇਗੀ, ਜੇ ਅਸੀਂ ਪੁੱਛਣ ਦੀ ਅਵਸਥਾ 'ਚ ਨਹੀਂ ਹੋਵਾਂਗੇ ਫਿਰ ਤਾਂ ਆਸੇ ਪਾਸੇ ਦੇਖ ਕੇ ਪਤਾ ਨਹੀਂ ਕੀ ਗੱਲਾਂ ਕਰ ਗਏ ਇਹ ਅਤੇ ਸੁਣ ਕੇ ਚਲੇ ਗਏ। ਜੇ ਨਹੀਂ ਸਮਝ ਲੱਗਦੀ ਖੋਜੀ ਬੰਦਾ ਦੁਬਾਰਾ ਪੁੱਛਦਾ ਹੈ, ਖੋਜੀ ਬੰਦਾ ਦੁਬਾਰਾ ਪੁੱਛਦਾ ਹੈ ਜੀ ਤੁਸੀਂ ਇੰਨੀ ਵਿਚਾਰ ਕੀਤੀ, ਮੈਂ ਇੰਨਾ ਦੇਰ ਬੈਠਾ ਰਿਹਾ ਇੱਕ ਘੰਟਾ ਤੁਹਾਨੂੰ ਸੁਣ, ਇਸ ਗੱਲ ਦੀ ਮੈਨੂੰ ਸਮਝ ਨਹੀਂ ਲੱਗੀ, ਮੈਨੂੰ ਬਿਲਕੁਲ ਸਮਝ ਨਹੀਂ ਲੱਗੀ, ਸਮਝਾਓ। ਅਤੇ ਟੀਚਰ ਦਾ ਕੰਮ ਆ ਉੱਨੀ ਦੇਰ ਸਮਝਾਉਣਾ ਜਿੰਨੀ ਦੇਰ ਸਮਝਣ ਲੱਗੇ ਸਟੂਡੈਂਟ ਨੂੰ। ਅਤੇ ਜਦੋਂ ਇੱਕ ਵਾਰੀ ਸਮਝ ਲੱਗ ਗਈ ਫਿਰ ਅੱਗੇ ਚਲੋ, ਅਤੇ ਜੇ ਡਬਲ ਮਾਈਂਡ ਹੋ ਕੇ ਚਲੇ ਗਏ ਅੱਧਾ ਕੁ ਥੋੜ੍ਹੀ ਸਮਝ ਆਈ ਥੋੜ੍ਹੀ ਕੁ ਨਹੀਂ ਆਈ, ਚਲੋ ਫਿਰ ਵੇਖ ਲਵਾਂਗੇ, ਫਿਰ ਕੁਛ ਨਹੀਂ ਬਣਨਾ। ਚੰਗੀ ਤਰ੍ਹਾਂ ਸਮਝ ਜਿਹੜਾ ਬੱਚਾ ਸਮਝ ਲੈਂਦਾ ਉਹ ਪੇਪਰਾਂ 'ਚ ਪਾਸ ਹੋ ਜਾਂਦਾ, ਅਤੇ ਜਿਹੜਾ ਨਹੀਂ ਸਮਝਦਾ ਅਣਗਹਿਲੀ ਕਰਦਾ ਉਹ ਫੇਲ ਹੋ ਜਾਂਦਾ। ਆਪਾਂ ਹੁਣ ਪੇਪਰਾਂ ਦੇ ਵਿੱਚ ਆਏ ਹੋਏ ਹਾਂ, ਆਪਾਂ ਪਾਸ ਹੋਣਾ ਹੈ। ਕੀ ਹੋਣਾ ਜੀ? ਪਾਸ ਹੋਣਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡਾ ਇਮਤਿਹਾਨ ਆ। ਕਹਿੰਦੇ ਚ ਆਏ ਹਾਂ ਅਸੀਂ, ਇਮਤਿਹਾਨ ਦੇ ਵਿੱਚ ਆਏ ਹੋਏ ਹਾਂ, ਟੈਸਟ ਵਿੱਚ ਆਏ ਹੋਏ ਹਾਂ, ਇੱਥੋਂ ਅਸੀਂ ਪਾਸ ਹੋਣਾ ਹੈ। ਕਿੰਨੇ ਪਾਸ ਹੋਣਾ? ਮਨ ਨੇ ਪਾਸ ਹੋਣਾ। ਅਤੇ ਮਨ ਦਾ ਗੁਰੂ ਅਧਿਆਤਮਿਕ ਗੁਰੂ ਆ। ਮਨ ਦਾ ਗੁਰੂ ਕੌਣ ਆ ਜੀ? ਗੁਰੂ ਆਲ ਓਵਰ ਸਾਰੇ ਸੰਸਾਰ ਦੇ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ। ਕੌਣ ਨੇ ਜੀ? ਆਪਾਂ ਜੋ ਵੀ ਪੁੱਛਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਣਾ। ਕਿਉਂ? ਗੁਰਬਾਣੀ ਦੇ ਵਿੱਚ ਭਗਤਾਂ ਨੇ ਗੁਰੂ ਸਾਹਿਬਾਨ ਜੀ ਨੇ ਪਰਮਾਤਮਾ ਨੂੰ ਪਾਇਆ, ਰੱਬ ਨੂੰ ਪਾਇਆ, ਅਸੀਂ ਪਾਇਆ ਨਹੀਂ ਹਜੇ। ਜਿੰਨੀ ਦੇਰ ਅਸੀਂ ਪਾਇਆ ਨਹੀਂ ਉੱਨੀ ਦੇਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀ ਜਾਣਾ, ਮਹਾਰਾਜ ਅੱਗੇ ਦੱਸੋ, ਇੱਦੂ ਅੱਗੇ ਦੱਸੋ, ਆਹ ਗੱਲ ਆਹ ਅਵਸਥਾ ਮੇਰੀ ਬਣ ਗਈ, ਇੱਦੂ ਮੈਨੂੰ ਅੱਗੇ ਦੱਸੋ। ਐਨ ਉੱਥੇ ਚਲੇ ਜਾਓ ਜਿੱਥੋਂ ਬਾਣੀ ਆਈ ਹੈ, ਜਿੱਥੋਂ ਬਾਣੀ ਆਈ ਆ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਠਾਈ। ਜਿਹੜੀ ਧੁਰੋਂ ਬਾਣੀ ਆਈ ਆ, ਸੱਚ ਦੇ ਮੁੱਖ ਵਿੱਚੋਂ ਅਨਹਦ ਬਾਣੀ ਆਈ ਆ, ਹਾਂਜੀ ਹਰ ਕੀ ਕਥਾ ਆਈ ਹੈ, ਉੱਥੇ ਧੁਰ ਸਿਰੇ ਚਲੇ ਜਾਓ। ਜਦੋਂ ਧੁਰ ਸਿਰੇ ਚਲੇ ਜਾਓਗੇ ਫਿਰ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਉਲਟਾ ਆਸਰਾ ਲੈਣਾ ਪਏਗਾ। ਕਿਉਂਕਿ ਸੰਸਾਰ ਨੇ ਅਧਿਆਤਮਿਕ ਗੁਰੂ ਦੀ ਮੋਹਰ ਲੱਗੀ ਮੰਨਣੀ ਆ, ਵੀ ਹਾਂਜੀ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਮੰਨਦੇ ਹਾਂ, ਸਾਨੂੰ ਦੱਸੋ ਵੀ ਜਿਹੜਾ ਤੁਸੀਂ ਗੱਲ ਕੀਤੀ ਆ ਇਹ ਗੁਰਬਾਣੀ 'ਚ ਨਾਲ ਦੱਸੋ। ਹਾਂਜੀ ਆਹ ਦੇਖੋ ਜੀ ਇੱਥੇ ਲਿਖਿਆ ਗੁਰਬਾਣੀ ਦੇ ਵਿੱਚ। ਅਤੇ ਹੁਣ ਆਪਣੇ ਗੁਰਮੁਖ 15-20 ਦਿਨ ਪਹਿਲਾਂ ਇੱਧਰ ਗਏ ਹਿਮਾਚਲ 'ਚ, ਭਾਈ ਹਰੀ ਸਿੰਘ ਅਤੇ ਭਾਈ ਅਮਰੀਕ ਸਿੰਘ ਜੀ। ਕਹਿੰਦੇ ਜੀ ਅਸੀਂ ਚੱਲੇ ਹਾਂ ਅਤੇ ਉੱਥੇ ਸਾਨੂੰ ਜਿੱਥੇ ਵੀ ਮੌਕਾ ਮਿਲਿਆ ਅਸੀਂ ਗੱਲ ਕਰਾਂਗੇ, ਅਧਿਆਤਮਿਕ ਗੱਲ ਕਰਾਂਗੇ। ਉੱਥੇ ਬੋਰਡ ਲੱਗਿਆ ਅਸੀਂ ਵੀ ਧਿਆਨ ਦੀਆਂ ਕਲਾਸਾਂ ਲੱਗਦੀਆਂ ਨੇ, ਦਲਾਈ ਲਾਮਾ ਜੀ ਦੇ ਉੱਥੇ ਚਲੇ ਗਏ ਅਤੇ ਉੱਥੇ ਉਹਨਾਂ ਦਾ ਸਟੂਡੈਂਟ ਮਿਲਿਆ ਅਤੇ ਉਹਦੇ ਨਾਲ ਵਿਚਾਰ ਹੋਈ ਅਤੇ ਗੁਰਮੁਖ ਜੇ ਪ੍ਰੈਕਟੀਕਲ ਸੀ ਅਤੇ ਉਹਨਾਂ ਦੀ ਤਸੱਲੀ ਹੋਈ, ਇੱਥੋਂ ਤੱਕ ਕਿ ਆਉਣ ਨਾਲ ਆਉਣ ਲਈ ਤਿਆਰ ਹੋ ਗਏ ਉੱਥੋਂ ਦੇ ਸਟੂਡੈਂਟ। ਦੇਖੋ ਕਿੱਡੀ ਵੱਡੀ ਕਿਰਪਾ ਮਾਲਕ ਦੀ ਕੀਤੀ ਹੈ, ਹੈ ਨਾ। ਕਿਉਂਕਿ ਆਪਣੇ ਕੋਲ ਗੁਰੂ ਜੀ ਬੈਠੇ ਨੇ ਨਾ, ਸਤਿਗੁਰੂ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਇਹਨਾਂ ਨੂੰ ਪੁੱਛ ਕੇ ਚੱਲਣਾ। ਅਤੇ ਜੇ ਅਸੀਂ ਗੁਰੂ ਤੋਂ ਬਿਨਾਂ ਨਗੁਰੇ ਹੋ ਕੇ ਚੱਲਾਂਗੇ ਫਿਰ ਮਾਰ ਖਾਵਾਂਗੇ, ਫਿਰ ਸਾਡੇ ਕੋਲ ਜਵਾਬ ਨਹੀਂ ਹੋਏਗਾ। ਅਤੇ ਜੇ ਸਾਡਾ ਗੁਰੂ ਪੂਰਾ ਹੋਏਗਾ ਤਾਂ ਅਸੀਂ ਵੀ ਪੂਰੇ ਹੋਵਾਂਗੇ, ਅਤੇ ਜੇ ਸਾਡਾ ਗੁਰੂ ਅਧੂਰਾ ਹੋਏਗਾ ਅਸੀਂ ਵੀ ਅਧੂਰੇ ਹੋਵਾਂਗੇ, ਜੇ ਸਾਡਾ ਗੁਰੂ ਅੰਨਾ ਹੋਏਗਾ ਅਸੀਂ ਵੀ ਅੰਨੇ ਹੋਵਾਂਗੇ। ਗੁਰੂ ਜਿੰਨਾ ਕਾ ਅੰਧਲਾ ਸੇ ਸਿੱਖ ਵੀ ਅੰਧੇ ਕਰਮ ਕਰੇਨ, ਉਹ ਵੀ ਕਹਿੰਦੇ ਉਹਨਾਂ ਦੇ ਸਿਖਿਆਰਥੀ ਸਟੂਡੈਂਟ ਵੀ ਅੰਨੇ ਕੰਮ ਕਰਨਗੇ। ਅਤੇ ਸਾਡਾ ਗੁਰੂ ਪੂਰਾ ਹੈ, ਸਾਡਾ ਗੁਰੂ ਸਜਾਖਾ ਹੈ, ਉਹ ਸਾਨੂੰ ਅੰਨਿਆਂ ਨਹੀਂ ਰਹਿਣ ਦੇਗਾ, ਉਹ ਖੁਦ ਸਜਾਖਾ ਹੈ, ਸਾਨੂੰ ਵੀ ਸਜਾਖਾ ਕਰੇਗਾ। ਅਤੇ ਹੁਣ ਤੁਸੀਂ ਜਿੰਨੇ ਗੁਰਮੁਖ ਪ੍ਰੈਕਟੀਕਲ ਕਰਦੇ ਹੋ ਇੱਥੇ ਆਉਂਦੇ ਹੋ ਅਤੇ ਤੁਸੀਂ ਮਾਲਕ ਦੇ ਦਰਸ਼ਨ ਕਰਦੇ ਹੋ ਸਾਹਮਣੇ, ਉਸ ਮਾਲਕ ਦੇ ਦਰਸ਼ਨ ਕਰਦੇ ਹੋ ਜਿਹੜਾ ਸਾਰਿਆਂ ਨੂੰ ਸਾਹ ਦੇ ਰਿਹਾ, ਅਤੇ ਆਪਾਂ ਬੁੱਝ ਲਿਆ ਨਾ ਵੀ ਸਾਹ ਕਿਤੋਂ ਦੂਰੋਂ ਤਾਂ ਆ ਨਹੀਂ ਰਹੀ, ਆਕਸੀਜਨ ਪਾਈਪ ਤਾਂ ਲੱਗੀ ਨਹੀਂ, ਕੋਈ ਆਕਸੀਜਨ ਸਿਲੰਡਰ ਤਾਂ ਲੱਗਿਆ ਨਹੀਂ ਹੋਇਆ ਜਿਹਦੇ ਰਾਹੀਂ ਸਾਨੂੰ। ਦੇਖੋ ਕਿੰਨੀ ਕਿੰਨੀ ਗਿਣਤੀ ਆ, ਬੱਸ ਸਟੈਂਡ ਦੇ ਉੱਤੇ ਕਿੰਨਾ ਰਸ਼ ਆ, ਹੋਸਪਿਟਲਾਂ ਦੇ ਵਿੱਚ ਕਿੰਨਾ ਰਸ਼ ਆ, ਨਿਗਾਹ ਮਾਰੋ ਉੱਥੇ ਸਾਰਿਆਂ ਨੂੰ ਸਾਹ ਆ ਰਿਹਾ।
ਕਿੱਡਾ ਵੱਡਾ ਸਿਲੰਡਰ ਆ ਮਾਲਕ ਦਾ, ਕਿੱਡਾ ਵੱਡਾ ਆਕਸੀਜਨ ਸਿਲੰਡਰ ਆ ਜਿਹੜਾ ਸਾਰਿਆਂ ਨੂੰ ਸਵਾਸ ਦੇ ਰਿਹਾ, ਫਿਰ ਕੁਛ ਸਾਡੇ ਤੋਂ ਲੈ ਨਹੀਂ ਰਿਹਾ, ਸਾਰਾ ਕੁਛ ਉਹੀ ਦੇ ਰਿਹਾ ਨਾ। ਅਤੇ ਜਦੋਂ ਉਹਨੇ ਸਾਨੂੰ ਇੱਥੇ ਭੇਜਿਆ ਸੀ, ਕਦੋਂ ਭੇਜਿਆ ਸੀਗਾ ਜੀ, ਕਦੋਂ ਭੇਜਿਆ ਸੀ ਆਪਾਂ ਨੂੰ ਇੱਥੇ ਸੰਸਾਰ ਦੇ ਸਤਿਯੁਗ ਦੇ ਵਿੱਚ ਕਦੋਂ ਭੇਜਿਆ ਸੀ ਜੀ? ਉਦੋਂ ਸਾਨੂੰ ਸਾਰਾ ਕੁਛ ਇੱਕੋ ਵਾਰੀ ਦਿੱਤਾ ਸੀ, ਜੋ ਕੁਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੇ ਸਿਰਜਣਹਾਰ। ਕਹਿੰਦੇ ਵੀ ਦੇਖੋ ਸਾਰਿਆਂ ਨੂੰ ਦੇਖ ਰਿਹਾ, ਜੋ ਉਹਨੇ ਸਾਨੂੰ ਦੇਣਾ ਸੀ ਉਦੋਂ ਇੱਕ ਵਾਰੀ ਦਿੱਤਾ। ਉਦੋਂ ਕੀ ਦਿੱਤਾ ਸੀ ਸਾਨੂੰ? ਉਦੋਂ ਸਵਾਸਾਂ ਦਾ ਇੱਕ ਪੈਕੇਜ ਦਿੱਤਾ ਸੀ, ਉਦੋਂ ਅੱਜ ਕੱਲ੍ਹ ਪੈਕੇਜ ਚੱਲਦਾ, ਉਦੋਂ ਵੇਖੋ ਆਪਾਂ ਉਹਨੂੰ ਢਾ ਉਸ ਹਿਸਾਬ ਨਾਲ ਲਾ ਲਈਏ ਸੌਖੀ ਸਮਝ ਲੱਗ ਜਾਏ। ਅਤੇ ਦੇਖੋ ਸਵਾਸਾਂ ਦਾ ਧਨ ਲੈ ਕੇ ਆਪਾਂ ਸਾਰੇ ਸੰਸਾਰ 'ਤੇ ਆਏ ਹਾਂ, ਯੁੱਗਾਂ ਦੇ ਹਿਸਾਬ ਨਾਲ ਸਵਾਸ ਘੱਟਦੇ ਗਏ, ਅਤੇ ਹੁਣ ਮਨੁੱਖਾਂ ਦੇ ਹੀ ਕਲਯੁੱਗ ਦੇ ਸਮੇਂ 'ਚ ਮਾਲਕ ਨੇ ਦਿੱਤੀ ਆ, ਇਹਦਾ ਆਪਾਂ ਲਾਹਾ ਖੱਟੀਏ। ਇਹਦਾ ਆਪਾਂ ਲਾਹਾ ਕੀ ਖੱਟਣਾ? ਸਰੀਰ ਵਿੱਚ ਰਹਿੰਦਿਆਂ ਹੋਇਆਂ ਤੁਸੀਂ ਪ੍ਰਭੂ ਮਿਲਾਪ ਕਰ ਲਿਆ ਤਾਂ ਸਮਝ ਲਓ ਤੁਸੀਂ ਲਾਹਾ ਖੱਟ ਕੇ ਚਲੇ ਗਏ, ਸੋਹਣਾ ਮੂੰਹ ਲੈ ਕੇ ਚਲੇ ਗਏ, ਉੱਜਲ ਮੁੱਖ ਲੈ ਕੇ ਚਲੇ ਗਏ। ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ 'ਤੇ ਮੁੱਖ ਉਜਲੇ ਕੀਤੀ ਛੁੱਟੀ ਨਾ। ਸੋਹਣਾ ਮੂੰਹ ਉਜਲੇ ਸਮੇਂ ਨਾ ਖਿੜਿਆ ਹੋਇਆ ਸਾਫ਼ ਸੁਥਰਾ ਮੂੰਹ ਲੈ। ਅਤੇ ਜੇ ਪ੍ਰਭੂ ਮਿਲਾਪ ਨਾ ਹੋਇਆ ਫਿਰ ਮਾਲਕ ਦੇ ਦਰ ਤੋਂ ਹੀ ਮੁੜ ਆਵਾਂਗੇ, ਅਤੇ ਮੂੰਹ ਮੈਲਾ ਹੋਏਗਾ, ਮੈਲੇ ਤਾਂ ਫਿਰ ਅੰਦਰ ਜਾ ਨਹੀਂ ਨਾ ਸਕਦੇ। ਇਸ ਕਰਕੇ ਆਪਾਂ ਸਰੀਰ ਵਿੱਚ ਰਹਿੰਦਿਆਂ ਹੋਇਆਂ ਸਭ ਤੋਂ ਪਹਿਲਾਂ ਤਾਂ ਅਸੀਂ ਆਪਦੇ ਮਨ ਦੀ ਮੈਲ ਲਾਈਏ। ਕਿੰਨੀ ਮੈਲ ਲਾਈਏ ਜੀ? ਕਈ ਵਾਰੀ ਦੇਖਣ ਨੂੰ ਅਗਲਾ ਕਹਿੰਦਾ ਜੀ ਬੰਦਾ ਬੜਾ ਵਧੀਆ ਲੱਗਦਾ, ਦਾੜੀ ਕੇਸ ਬੜੇ ਸੋਹਣੇ ਨੇ, ਗਾਤਰਾ ਪਾਇਆ, ਕੱਪੜੇ ਸੋਹਣੇ ਪਾਏ ਆ, ਨਿਤਨੇਮੀ ਆ, ਗੁਰਦੁਆਰੇ ਜਾਂਦਾ। ਪਰ ਕੋਈ ਬੰਦਾ ਉਹਦਾ ਭੇਤੀ ਹੋ ਕਹਿੰਦਾ ਵੇਖੀ ਯਕੀਨ ਨਾ ਕਰੇ, ਠੱਗੀ ਮਾਰਨ ਲੱਗੇ ਨੇ, ਮਿੰਟ ਮਾਰਨਾ ਹੈ ਨਾ ਕਿ ਕੋਈ ਦੇ ਨਾ ਦੇ ਇਹਨੂੰ, ਹੈ ਨਹੀਂ? ਕਿਉਂਕਿ ਉਹ ਉੱਤੋਂ ਸਾਫ਼ ਆ ਕੱਪੜਿਆਂ ਲੀੜਿਆਂ ਦਾ ਤਨ ਦਾ, ਲੇਕਿਨ ਅੰਦਰੋਂ ਮਨ ਮੈਲਾ। ਅਤੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਮੈਲੇ ਨੇ ਉਹਨਾਂ ਦਾ ਸਾਰਾ ਕੁਛ ਹੀ ਮੈਲਾ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੇ ਕੋਈ। ਕਹਿੰਦੇ ਇਹੀ ਜਗਤ ਭਰਮ ਵਿੱਚ ਪਾਇਆ ਹੋਇਆ। ਕੀ ਭਰਮ ਵਿੱਚ ਪਾਇਆ? ਅਸੀਂ ਬੁੱਝਦੇ ਹੀ ਨਹੀਂ ਕਿ ਅਸੀਂ ਮਨ ਹਾਂ, ਅਸੀਂ ਬੁੱਝਦੇ ਹੀ ਨਹੀਂ ਕਿ ਅਸੀਂ ਲਾਈਟ ਹਾਂ, ਅਸੀਂ ਬੁੱਝਦੇ ਹੀ ਨਹੀਂ ਅਸੀਂ ਚਾਨਣ ਹਾਂ। ਅਸੀਂ ਕੀ ਸਮਝਦੇ ਹਾਂ? ਵੀ ਅਸੀਂ ਆ ਤਨ ਹਾਂ, ਅਸੀਂ ਸਰੀਰ ਨਹੀਂ ਹਾਂ। ਜਿੱਦਣ ਸਾਡੇ ਮਨ ਨੇ ਜੋਤ ਸਰੂਪ ਨੇ, ਉਹ ਜੋਤ ਮਨ ਸਰੀਰ ਤੋਂ ਵੱਖ ਹੋ ਜਾਏਗਾ, ਉਸ ਤੋਂ ਬਾਅਦ ਇਸ ਤਨ ਦਾ ਸੰਸਕਾਰ ਹੋਏਗਾ। ਫਿਰ ਆਪਾਂ ਤਨ ਤਾਂ ਹੋਏ ਨਾ, ਆਪਾਂ ਉਹ ਹਾਂ ਜਿਹੜਾ ਤਨ ਛੱਡ ਦਿੰਦਾ, ਜਿਹਨੂੰ ਤਨ ਦਿੱਤਾ ਗਿਆ ਆਪਾਂ ਉਹ ਹਾਂ। ਉਹ ਕੌਣ ਆ? ਮਨ। ਅਤੇ ਜਦੋਂ ਮਨ ਨੂੰ ਇੱਥੇ ਭੇਜਿਆ ਜਾਂਦਾ, ਮਾਲਕ ਇੱਕ ਚਿੱਠੀ ਲਿਖ ਕੇ ਦਿੰਦਾ। ਕੀ ਦਿੰਦਾ ਜੀ? ਉਹ ਚਿੱਠੀ ਬਾਰੇ ਆਪਾਂ ਸਾਰੇ ਪੜ੍ਹਦੇ ਹਾਂ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ। ਹੁਣ ਉਹ ਚਿੱਠੀ ਕਿਹਨੂੰ ਮਿਲੀ ਹੈ? ਮਨ ਨੂੰ ਮਿਲੀ ਹੈ। ਅਤੇ ਕਹਿੰਦੇ ਜ਼ੋਰ ਦੇ ਕੇ ਸਮਝੋ, ਜਿਹਨੇ ਇਕੱਲਿਆ ਉਹਨੇ ਵਾਪਸ ਸੱਦਣਾ। ਅਤੇ ਹੁਣ ਸੋਚੋ ਕਿੰਨੇ ਘੱਲਿਆ? ਮਾਲਕ ਨੇ ਘੱਲਿਆ। ਹੁਣ ਇਹ ਸੋਚੋ ਘੱਲਿਆ ਕਿਹਨੂੰ? ਮਨ ਨੂੰ। ਅਤੇ ਜਦੋਂ ਮਨ ਨੂੰ ਵਾਪਸ ਬੁਲਾਇਆ ਜਾਏਗਾ, ਮਨ ਜਾਏਗਾ ਤਨ ਨਹੀਂ ਜਾਏਗਾ। ਇਹ ਕਹਿੰਦੇ ਤਨ ਆਇਆ ਨਾਲ ਸੀ, ਜਦੋਂ ਮਨ ਆਇਆ ਨਾ ਚਿੱਠੀ ਲੈ ਕੇ, ਮਨ ਨਾਲ ਤਨ ਨਾਲ ਆਇਆ ਸੀ, ਲੇਕਿਨ ਜਦੋਂ ਵਾਪਸ ਬੁਲਾਇਆ ਜਾਏਗਾ ਇਕੱਲਾ ਮਨ ਜਾਏਗਾ, ਤਨ ਨਹੀਂ ਜਾਏਗਾ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੁਚੇਤ ਹੋ ਜਾਓ। ਕੀ ਹੋ ਜਾਓ? ਚੁਕੰਨੇ ਹੋ ਜਾਓ, ਸਾਵਧਾਨ ਹੋ ਜਾਓ। ਕਹਿੰਦੇ ਵੀ ਇਹ ਜਿਹੜਾ ਮਨ ਆ, ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਗੁਰਬਾਣੀ ਸ਼ਬਦ ਆ ਦਿੰਦੇ ਨੇ, ਕਹਿੰਦੇ ਆਪਣਾ ਹੈ ਹਾਂਜੀ, ਉਹ ਦੱਸਦੇ ਨੇ ਕਹਿੰਦੇ ਵੀ ਜਦੋਂ ਮਨ ਆਇਆ ਉਹਦੇ ਨਾਲ ਤਨ ਆਇਆ, ਅਤੇ ਜਦੋਂ ਮਨ ਨੂੰ ਬੁਲਾਇਆ ਗਿਆ ਫਿਰ ਤਨ ਨੇ ਸਾਰ ਨਹੀਂ ਦਿੱਤਾ। ਜਾਗਲੇ ਰੇ ਮਨ ਜਾਗਲੇ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ।
ਕਹਿੰਦੇ ਇਹ ਤਨ ਸੰਗ ਆਇਆ ਸੀ, ਉਪਜਿਆ ਸੀ ਨਾਲ ਹੀ, ਲੇਕਿਨ ਜਦੋਂ ਮਨ ਨੂੰ ਬੁਲਾਇਆ ਗਿਆ ਉਦੋਂ ਤਨ ਨਹੀਂ ਗਿਆ, ਤਨ ਇੱਥੇ ਰਹਿ ਗਿਆ। ਕਿਉਂ ਰਹਿ ਗਿਆ? ਕਿਉਂਕਿ ਇਹ ਮਾਇਆ ਦਾ ਸੀ। ਕਹਿੰਦਾ ਸੀ ਜੀ ਮਾਇਆ ਦਾ ਸੀ, ਇਹ ਇਹਦਾ ਸੰਸਕਾਰ ਹੋ ਗਿਆ, ਇਹ ਰਾਖ ਬਣ ਗਈ। ਕੀ ਬਣ ਗਈ ਜੀ? ਰਾਖ ਬਣ ਗਈ। ਹੁਣ ਜਿਹੜਾ ਇਸ ਤਨ ਨੂੰ ਚਲਾਉਣ ਵਾਲਾ ਸੀ, ਇਸ ਤਨ ਦੀ ਸਫਾਈ ਕਰਨ ਵਾਲਾ ਸੀ, ਸਾਂਭਣ ਵਾਲਾ ਸੀ, ਇਹਨੂੰ ਸਾਫ਼ ਸੁਥਰਾ ਰੱਖਦਾ ਸੀ, ਉਹ ਸੀ ਮਨ। ਅਤੇ ਹੁਣ ਉਹ ਜਿਹੜਾ ਮਨ, ਮਨ ਬੜਾ ਸੋਹਣਾ ਹੈ, ਮਨ ਬੜਾ ਸੋਹਣਾ ਹੈ। ਜਿਹੜੇ ਆਹ ਸਾਡੇ ਉੱਪਰਲੇ ਤਨ ਨੇ ਚੰਮ ਦੇ, ਇਹ ਤਾਂ ਜਿਸ ਤਰ੍ਹਾਂ ਦੇ ਮਾਂ ਪਿਓ ਨੇ, ਨੈਨਕਸ਼ ਨੇ, ਸਰੀਰ ਨੇ, ਉਹੋ ਜਿਹੇ ਨੇ। ਲੇਕਿਨ ਮਨ ਮਾਲਕ ਦਾ ਬੱਚਾ ਹੈ। ਅਤੇ ਜੇ ਸਾਡਾ ਪਿਤਾ ਬੜਾ ਸੋਹਣਾ ਹੈ ਤਾਂ ਉਹਦਾ ਪੁੱਤ ਵੀ ਬੜਾ ਸੋਹਣਾ। ਇਸ ਕਰਕੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਦੱਸਿਆ, ਕਹਿੰਦੇ ਇਹ ਮਨ ਸੁੰਦਰ ਆਪਣਾ, ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੇ ਰੰਗੜੀ। ਕਹਿੰਦੇ ਇਹਨੂੰ ਨਾਮ ਵਿੱਚ ਐਨ ਉਹ ਰੰਗ ਦੇ ਵਿੱਚ ਰੰਗ ਦਿਓ ਜਿਹੜਾ ਰੰਗ ਲੈਂਦਾ ਨਹੀਂ, ਪੱਕੇ ਰੰਗ 'ਚ ਰੰਗ ਦਿਓ। ਜੇ ਕੱਚੇ 'ਚ ਰੰਗੋਗੇ ਤਾਂ ਉਹ ਲੈ ਜਾਏਗਾ। ਜਿਸ ਸੰਗਤ ਦੇ ਵਿੱਚ ਸੱਚ ਦੀ ਅਤੇ ਨਾਮ ਦੀ ਗੱਲ ਹੁੰਦੀ ਹੈ, ਹੋਰ ਗੱਲ ਨਹੀਂ ਹੁੰਦੀ, ਉੱਥੇ ਰੰਗ ਪੱਕਾ ਹੀ ਚੜ੍ਹੇਗਾ। ਅਤੇ ਜਿੱਥੇ ਨਾਮ ਦੀ ਅਤੇ ਸੱਚ ਦੀ ਸੰਗਤ ਦੇ ਵਿੱਚ ਗੱਲ ਨਾ ਹੋਵੇ, ਉਹ ਉੱਥੇ ਰੰਗ ਕੱਚਾ ਹੀ ਹੈ, ਅਤੇ ਉਤਰ ਜਾਏਗਾ। ਕਹਿੰਦੇ ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੇ ਰੰਗਰੀ, ਤੂੰ ਤਿਆਗ ਸਿਆਨਫ ਚਾਤਰੀ। ਕਹਿੰਦੇ ਚਤੁਰਾਈ ਛੱਡ ਦਿਓ, ਤੂੰ ਤਿਆਗ ਸਿਆਨਫ ਚਾਤਰੀ, ਜਾਨ ਗੋਪਾਲ ਹੈ ਸੰਗਰੀ। ਵੀ ਉਹ ਸੰਗ ਆ ਤੇਰੇ ਗੋਪਾਲ, ਜਿਹੜਾ ਸਾਹ ਦੇ ਕੇ ਜਿੰਦਾ ਰੱਖ ਰਿਹਾ, ਉਹ ਨਾਲ ਹੀ ਆ ਤੁਹਾਡੇ, ਦੂਰ ਨਹੀਂ, ਉਹਨੂੰ ਨਾਲ ਜਾਣ। ਅਤੇ ਕਦੋਂ ਜਾਣਾਂਗੇ? ਜਦੋਂ ਦੇਖਾਂਗੇ। ਜਿੰਨੀ ਦੇਰ ਦੇਖਿਆ ਹੀ ਨਹੀਂ ਉਨੀ ਦੇਰ ਨਾਲ ਤਾਂ ਜਾਣਦੇ ਨਹੀਂ ਆਪਾਂ, ਪਤਾ ਹੀ ਨਹੀਂ। ਹੁਣ ਪੁੱਤ ਨੇ ਪਿਓ ਵੇਖਿਆ ਹੁੰਦਾ ਦੁਨਿਆਵੀ, ਅਤੇ ਪੁੱਤ ਜੇ ਮੇਲੇ 'ਚ ਗਿਆ ਪਿਤਾ ਦੇ ਨਾਲ ਅਤੇ ਉਹਨੂੰ ਪਤਾ ਵੀ ਇਹ ਮੇਰਾ ਪਿਓ, ਅਤੇ ਉਹ ਉਂਗਲ ਫੜ ਕੇ ਰਹਿੰਦਾ, ਦੂਸਰੇ ਦੀ ਉਂਗਲ ਨਹੀਂ ਫੜਦਾ, ਆਪਦੇ ਪਿਤਾ ਦੀ ਉਂਗਲ ਫੜ ਕੇ ਸਾਰਾ ਮੇਲਾ ਦੇਖਦਾ। ਅਤੇ ਹੁਣ ਜਿਹੜਾ ਸਾਡਾ ਅਸਲੀ ਪਿਤਾ ਹੈ ਉਹ ਆਪਾਂ ਵੇਖਿਆ ਹੀ ਨਹੀਂ, ਫਿਰ ਅਸੀਂ ਉਹਨੂੰ ਕਿਵੇਂ ਜਾਣਾਂਗੇ ਨਾਲ? ਪਹਿਲਾਂ ਕੋਈ ਸਾਨੂੰ ਦਿਖਾਉਣ ਵਾਲਾ ਹੋਵੇ, ਪਹਿਲਾਂ ਸਾਨੂੰ ਕੋਈ ਦਿਖਾਵੇ, ਪਰਦਾ ਲਾਹ ਦੇ, ਆਹ ਦੇਖੋ ਜੀ ਆਹ ਹੈ ਮਾਲਕ, ਹੋਏ ਕਿਰਪਾਲ ਗੁਰ ਲਾਇਓ ਪਾਰ ਦੋ, ਮਿਲਿਓ ਲਾਲ ਮਨ ਹਰੀਆ। ਅਤੇ ਜਦੋਂ ਤੁਸੀਂ ਮਾਲਕ ਨੇੜੇ ਦੇਖ ਲਿਆ, ਫਿਰ ਤੁਸੀਂ ਕਹਿ ਸਕਦੇ ਹੋ, ਫਿਰ ਸੱਚ ਬੋਲੋਗੇ। ਅਤੇ ਜੇ ਦੇਖਿਆ ਹੀ ਨਹੀਂ ਫਿਰ ਆਪਾਂ ਕਹਿੰਦੇ ਹਾਂ, ਪਰ ਪ੍ਰੈਕਟੀਕਲ ਤਾਂ ਹੈ ਨਹੀਂ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ, ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਕਹਿੰਦੇ ਸਦਾ ਰਹੋ ਹਰ ਨਾਲੇ, ਕਿਵੇਂ ਰਹੋਗੇ? ਜਿਨ੍ਹਾਂ ਨੇ ਦੇਖ ਲਿਆ ਨਾ ਉਹ ਤਾਂ ਰਹਿੰਦੇ ਨਾਲ, ਪਰ ਫਿਰ ਵੀ ਭੁੱਲ ਜਾਂਦਾ, ਫਿਰ ਵੀ ਬਸ ਹਮੇਸ਼ਾ ਜਿਨ੍ਹਾਂ ਨੇ ਦੇਖ ਲਿਆ ਅਤੇ ਜਦੋਂ ਸਦਾ ਰਹਿਣਗੇ, ਫਿਰ ਉਹਨਾਂ ਨੂੰ ਕਹਿੰਦੇ ਨੇ ਇਹ ਬੱਚੇ ਚੌਥੇ ਪਦ ਵਿੱਚ ਰਹਿੰਦੇ ਆ। ਕਿੱਥੇ ਰਹਿੰਦੇ ਆ ਜੀ? ਚੌਥਾ ਪਦ ਕਿਹਨੂੰ ਕਹਿੰਦੇ? ਮਾਲਕ ਨੂੰ। ਅਤੇ ਦੁਨੀਆ ਤ੍ਰੈ ਗੁਣਾਂ ਦੇ ਵਿੱਚ, ਤਿੰਨਾਂ ਗੁਣਾਂ ਦੇ ਵਿੱਚ, ਰਜੋ ਸਤੋ ਤਮੋ ਦੇ ਵਿੱਚ, ਅਤੇ ਮਾਲਕ ਨੂੰ ਚੌਥਾ ਪਦ ਕਹਿੰਦੇ ਆ। ਜਦੋਂ ਤੁਸੀਂ ਦ੍ਰਿਸ਼ਟੀ ਬਣਾ ਲਈ, ਜਿੰਨੀ ਦੇਰ ਬਣਾਈ ਰੱਖ ਨਾਲ ਹੀ ਹੈ ਨਾ, ਅਤੇ ਜੇ ਦ੍ਰਿਸ਼ਟੀ ਬਣਾਉਣੀ ਛੱਡਤੀ ਅਤੇ ਸਮਝ ਲਓ ਆਪਾਂ ਪਿੱਛੇ ਹਟ ਕੇ ਨਾਲ ਨਹੀਂ ਰਹਿ ਰਹੇ। ਅਤੇ ਜਦੋਂ ਅਸੀਂ ਲਗਾਤਾਰ ਪਿਆਰ ਵਾਲੀ ਦ੍ਰਿਸ਼ਟੀ ਬਣਾ ਕੇ ਮਾਲਕ ਦੇਖਦੇ ਰਹੇ ਦੇਖਦੇ ਰਹੇ, ਮੁੜ ਕੇ ਬਣਾਉਣ ਦੀ ਲੋੜ ਨਹੀਂ ਪੈਣੀ, ਆਪਣੇ ਆਪ ਹੀ ਬਣ ਜਾਣੀ ਹੈ। ਰਿਟਰਨ ਹੋ ਗਿਆ ਨਾ, ਕੀ ਹੋ ਗਿਆ ਜੀ? ਦ੍ਰਿੜ ਹੋ ਗਿਆ। ਅਤੇ ਆਰਾਮ ਨਾਲ ਬੈਠੇ, ਜਿੱਥੇ ਮਰਜ਼ੀ ਬੈਠੇ, ਜਿੱਥੇ ਮਰਜ਼ੀ ਤੁਸੀਂ ਬਸ ਮਾੜਾ ਜਿਹਾ ਹਲਕਾ ਜਿਹਾ ਇਸ਼ਾਰਾ ਦਿਓ, ਤੁਸੀਂ ਆਪਦੇ ਪਿਤਾ ਦੇ ਨਾਲ ਹੋ। ਅਤੇ ਜਦੋਂ ਨਾਲ ਹੋ ਫਿਰ ਤੁਹਾਡੇ ਕਾਰਜ ਉਹ ਆਪ ਕਰੇਗਾ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰੇ।
ਫਿਰ ਮਾਲਕ ਨੂੰ ਕਿਹਾ ਸੱਚ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੁਸਨ। ਫਿਰ ਮਾਲਕ ਨੂੰ ਸੱਚ ਕਹਿ ਕੇ ਕੀ ਕਹਿ ਰਹੇ ਨੇ, ਕਹਿੰਦੇ ਸੱਚ ਏ ਸਾਹਿਬਾ ਕਿਆ ਨਹੀਂ ਕਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਰੇ ਮਹਾਰਾਜ ਨਾਮ ਵਸਾ, ਸਦਾ ਤੇਰੀ ਮੈਂ ਸਿਵ ਸਲਾਹ ਕਰਦਾ ਰਹਾਂ। ਅਤੇ ਹੁਣ ਆਪਣੇ ਇੱਥੇ ਐਤਵਾਰ ਨੂੰ ਸਿਵ ਸਲਾਹ ਹੀ ਹੁੰਦੀ ਹੈ ਨਾ, ਕਿੰਦੀ ਹੁੰਦੀ ਹੈ, ਇੱਕ ਦੀ, ਮਾਲਕ ਦੀ ਸਿਵ ਸਲਾਹ ਦੀ। ਅਤੇ ਉਹਨਾਂ ਬੱਚਿਆਂ ਜਿਹੜੇ ਮਾਲਕ ਦੇ ਬੱਚੇ ਆ, ਮੰਮੀ ਬੱਚਿਆਂ ਤੁਸੀਂ ਬੱਚੇ, ਉਹਨਾਂ ਬੱਚਿਆਂ ਨਾਲ ਪਿਆਰ ਹੁੰਦਾ, ਕੀ ਹੁੰਦਾ ਜੀ, ਇੱਕ ਦੂਜੇ ਦਾ ਇੱਜ਼ਤ ਮਾਨ ਕਰਦੇ ਹਾਂ, ਪਿਆਰ ਨਾਲ ਮਿਲਦੇ, ਉੱਡ ਉੱਡ ਕੇ ਮਿਲਦੇ ਹਾਂ, ਆਓ ਜੀ ਹੈ ਨਾ, ਕਿਉਂਕਿ ਮਾਲਕ ਦਾ ਛੋਟਾ ਰੂਪ ਆ, ਕਿਉਂ ਨਾ ਜੀ, ਮਾਲਕ ਦਾ ਛੋਟਾ ਰੂਪ ਆ ਮਨ ਬੱਚਾ। ਅਤੇ ਫਿਰ ਮਨ ਬੱਚੇ ਛੋਟੇ ਰੂਪ ਨੂੰ ਵੀ ਤਾਂ ਪਿਆਰ ਕਰਨਾ ਹੈ ਨਾ ਕਿ ਨਹੀਂ ਕਰਨਾ ਜੀ, ਇਸ ਕਰਕੇ ਹਰ ਇੱਕ ਦਾ ਸਤਿਕਾਰ ਕਰੋ, ਕਿਉਂਕਿ ਸਭ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋਈ ਬੋਲੇ ਨਾ। ਸਾਧੋ ਇਹ ਤਨ ਮਿਥਿਆ ਜਾਣੋ, ਇਹ ਤਨ ਸਰੀਰ ਮਿਥਿਆ ਹੈ, ਮਿਥਿਆ ਕਿਉਂਕਿ ਉੱਨੀ ਦੇਰ ਹੀ ਹੈ ਜਿੰਨੀ ਦੇਰ ਮਨ ਇਹਦੇ ਵਿੱਚ ਸਵਾਸ ਨੇ। ਕਹਿੰਦੇ ਸਾਧੋ ਇਹ ਤਨ ਮਿਥਿਆ ਜਾਣੋ, ਜਾਂ ਭੀਤਰ ਜੋ ਰਾਮ ਵਸਤ ਹੈ ਸੱਚ ਉੱਤੇ ਪਹਿਚਾਨੋ। ਕਹਿੰਦੇ ਇਹਦੇ ਭੀਤਰ ਮੀਨਜ ਅੰਦਰ ਰਾਮ ਵਸਦਾ ਹੈ, ਕਹਿੰਦੇ ਉਹਨੂੰ ਪਛਾਣੋ, ਅਤੇ ਆਪਾਂ ਉਹਨੂੰ ਪਛਾਣਨਾ, ਆਪਾਂ ਉਹਨੂੰ ਪਛਾਣਨਾ, ਪਹਿਚਾਨ ਕਰ ਲਈ ਫਿਰ ਤਾਂ ਭਰੋਸਾ ਆ ਗਿਆ, ਆਨੰਦ ਹੀ ਆਨੰਦ ਆ ਜੀ, ਫਿਰ ਕੋਈ ਟੈਨਸ਼ਨ ਨਹੀਂ। ਜੇ ਕੋਈ ਉਨੀਕੀ ਹੋ ਗਈ ਤਾਂ ਵੀ ਕੋਈ ਪਰਵਾਹ ਨਹੀਂ, ਉਹ ਬੈਠਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ, ਕਿਉਂਕਿ ਉਹ ਕਰੇਗਾ ਨਾ ਫਿਰ, ਕਿਉਂਕਿ ਸਾਡੀ ਯਾਰੀ ਸਾਡੀ ਦੋਸਤੀ ਸਿੱਧੀ ਉਹਦੇ ਨਾਲ ਪੈ ਗਈ, ਅਸੀਂ ਉਹਨੂੰ ਮਿੱਤਰ ਬਣਾ ਲਓ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉਡਣ, ਨਾਗ ਨਿਵਾਸਾਂ ਦੇ ਰਹਿਣਾ। ਅਤੇ ਜੇ ਆਪਾਂ ਇਹ ਸਾਰਾ ਕੁਛ ਚਾਹੁੰਦੇ ਹਾਂ ਕਿ ਸਾਡੀ ਵੀ ਇਹ ਅਵਸਥਾ ਬਣ ਜਾਵੇ, ਫਿਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛ ਕੇ ਚੱਲਣਾ ਪਊ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛ ਕੇ ਚੱਲਣਾ ਪਊ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿੱਥੇ ਵੀ ਪ੍ਰਕਾਸ਼ ਨੇ ਉੱਥੇ ਦਸੇ ਪਾਤਸ਼ਾਹੀਆਂ ਜੋਤ ਸਰੂਪ ਹਾਜ਼ਰ ਨੇ, ਦਸੇ ਪਾਤਸ਼ਾਹੀਆਂ ਹਾਜ਼ਰਾ ਹਜ਼ੂਰ ਜ਼ਹਰਾ ਜਹੂਰ ਸਰਬ ਕਲਾ ਭਰਪੂਰ, ਤਾਂ ਹੀ ਕਹਿੰਦੇ ਹਾਂ ਨਾ, ਜਿਨ੍ਹਾਂ ਦੀ ਅੱਖ ਬਣ ਗਈ ਉਹਨਾਂ ਨੂੰ ਦਿਸਦੇ ਨੇ, ਉਹਨਾਂ ਨੂੰ ਦਿਸਦੇ ਨੇ, ਜਿਨ੍ਹਾਂ ਦੀ ਅੱਖ ਨਹੀਂ ਬਣੀ ਉਹਨਾਂ ਨੂੰ ਨਹੀਂ ਦਿਸਦੇ, ਉਹਨਾਂ ਦਾ ਵੀ ਕਸੂਰ ਨਹੀਂ। ਉਹ ਤਾਂ ਹੀ ਕਹਿੰਦੇ ਨਾ ਵੀ ਗਿਆਨ ਹੀ ਆ ਜੀ, ਗਿਆਨ ਹੈ ਲੇਕਿਨ ਹਾਜ਼ਰ ਵੀ ਹੈ, ਹਾਜ਼ਰ ਨਾਜ਼ਰ ਕਿਹਾ, ਕੀ ਕਿਹਾ ਜੀ, ਹਾਜ਼ਰ ਨਾਜ਼ਰ। ਸੋ ਗੁਰਮੋ ਪਿਆਰਿਓ, ਇੰਨਾ ਭਰੋਸਾ ਰੱਖਦਿਆਂ ਹੋਇਆਂ ਆਪਾਂ ਇੰਨਾ ਭਰੋਸਾ ਰੱਖੀਏ, ਆਪਾਂ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਹਟੇ ਹਾਂ, ਆਹ ਦੋ ਤਿੰਨ ਦਿਨ ਪਹਿਲਾਂ ਛੇਵੇਂ ਪਾਤਸ਼ਾਹ ਜੀ ਦਾ ਇੱਕ ਸਿੱਖ ਹੋਇਆ ਭਾਈ ਬਿਧੀ ਚੰਦ, ਭਾਈ ਬਿਧੀ ਚੰਦ, ਕਿੰਨਾ ਭਰੋਸਾ ਸੀ ਜੀ ਉਹਨਾਂ ਨੂੰ ਛੇਵੇਂ ਪਾਤਸ਼ਾਹ ਜੀ 'ਤੇ, ਕਿੰਨਾ ਭਰੋਸਾ ਸੀ ਦੇਖ ਲਓ। ਉਹਨਾਂ ਨੇ ਪਠਿਆਰੇ ਨੂੰ ਕਿਹਾ ਵੀ ਕੜਾਹਾ ਪਾਸੇ ਕਰ, ਬਲਦੀ ਅੱਗ ਵਿੱਚ ਛਾਲ ਮਾਰ, ਭਰੋਸਾ ਸੀ ਨਾ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿੱਥੇ ਬੈਠੇ ਸੀ ਉਦੋਂ, ਭਾਈ ਕੀ ਡਰੋਲੀ, ਪੜਾ ਭਾਈ ਕੀ ਡਰੋਲੀ ਆ। ਅਤੇ ਬਿਧੀ ਚੰਦ ਨੂੰ ਛੇਵੇਂ ਪਾਤਸ਼ਾਹ ਨੇ ਬਿਧੀ ਚੰਦ ਦੀ ਡਿਊਟੀ ਨਹੀਂ ਸੀ ਲਾਈ, ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਸਿੰਘੋ ਵੀ ਤੁਸੀਂ ਮਤਾ ਕਰੋ, ਸਿਲੈਕਸ਼ਨ ਕਰੋ ਵੀ ਕਿਹੜਾ ਸਿੰਘ ਇਹ ਕੰਮ ਕਰੇਗਾ। ਸਾਰੇ ਸਿੰਘ ਬੈਠ ਕੇ ਮੀਟਿੰਗ ਕੀਤੀ, ਮਤਾ ਕੀਤਾ, ਸਿਲੈਕਸ਼ਨ ਕੀਤੀ, ਉਹ ਸਿਲੈਕਟ ਹੋਏ ਭਾਈ ਬਿਧੀ ਚੰਦ, ਕਿਉਂਕਿ ਬਿਧੀ ਚੰਦ ਪਹਿਲਾਂ ਵੀ ਇਸ ਤਰ੍ਹਾਂ ਦੇ ਕਾਰਜ ਜਾਣਦੇ ਸੀ, ਕਰਨੇ ਨੌਲੇਜ ਸੀ ਉਹਨਾਂ ਨੂੰ। ਅਤੇ ਉਹ ਕਹਿੰਦੇ ਸਾਰਿਆਂ ਨੇ ਮੋਹ ਲਾਈ ਵੀ ਇਹ ਕੰਮ ਬਿਧੀ ਚੰਦ ਕਰ ਸਕਦਾ, ਅਤੇ ਭਾਈ ਬਿਧੀ ਚੰਦ ਨੇ ਫਿਰ ਉਹ ਦੁਸ਼ਾਲੇ ਲੈ ਕੇ ਆਉਂਦੇ, ਹੈ ਨਾ, ਕਿੱਡਾ ਭਰੋਸਾ ਸੀ ਵਾਹਿਗੁਰੂ। ਇੰਨਾ ਭਰੋਸਾ ਆਪਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਤੇ ਰੱਖੀਏ, ਬੜਾ ਵੱਡਾ ਖਜ਼ਾਨਾ ਹੈ, ਬੜਾ ਹਾਂ ਵੱਡਾ ਖਜ਼ਾਨਾ। ਜਿੰਨਾ ਤੁਸੀਂ ਇਹਦੇ ਅੰਦਰ ਉਤਰਦੇ ਜਾਓਗੇ ਡੂੰਘਾਈ ਦੇ ਵਿੱਚ, ਉਨੇ ਹੀ ਤੁਹਾਨੂੰ ਹੋਰ ਹੀਰੇ ਮੋਤੀ ਜਵਾਹਰਾਤ ਮਿਲਣਗੇ, ਉਨੇ ਹੀ ਹੋਰ ਵੱਧ ਮਿਲਣਗੇ, ਤੁਹਾਡਾ ਖਜ਼ਾਨਾ ਵਧੇਗਾ। ਹੁਣ ਜਿਵੇਂ ਇੱਥੇ ਹਰ ਇੱਕ ਬੰਦਾ ਕਹਿੰਦਾ ਵੀ ਮੇਰੇ ਕੋਲ ਇੱਥੋਂ ਵਾਲਾ ਪੈਸਾ ਧੰਨ ਦੌਲਤ ਵਧੇ,
ਅਤੇ ਮੇਰਾ ਜਿਹੜਾ ਘਰ ਆ ਉਹ ਮੈਂ ਵੀ ਮਹਿਲ ਵਰਗਾ ਘਰ ਬਣਾਵਾਂ, ਕੋਠੀ ਬਣਾਵਾਂ। ਕੀ ਬਣਾਵਾਂ ਜੀ? ਮਹਿਲ ਨੁਮਾ ਕੋਠੀ ਬਣਾਵਾਂ। ਅਤੇ ਉੱਧਰ ਵੀ ਸਾਡੇ ਕੋਲ ਧਨ ਚਾਹੀਦਾ ਹੈ। ਉੱਧਰ ਕਿਹੜਾ ਧਨ ਕੰਮ ਆਏਗਾ? ਨਾਮ ਧਨ। ਕਿਹੜਾ ਆਏਗਾ ਜੀ? ਜਿਹਨੂੰ ਆਪਾਂ ਬਾਣੀ ਪੜ੍ਹਦੇ ਹਾਂ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਉਹ ਧਨ ਜੇ ਆਪਾਂ ਚਾਹੁੰਦੇ ਹਾਂ ਵੀ ਸਾਡੇ ਕੋਲ ਨਾਮ ਧਨ ਇਕੱਠਾ ਹੋ ਜਾਵੇ, ਤਾਂ ਮਾਲਕ ਕਹਿੰਦੇ ਪੁੱਤ ਉਹ ਵੀ ਇੱਕ ਸੌਦਾ ਹੈ, ਨਾਮ ਵੀ ਇੱਕ ਸੌਦਾ ਹੈ, ਅਤੇ ਬਿਨਾਂ ਪੈਸਿਆਂ ਤੋਂ ਨਹੀਂ ਮਿਲ ਸਕਦਾ। ਨਾਮ ਧਨ ਸੌਦਾ ਲੈਣ ਵਾਸਤੇ ਪੈਸੇ ਦੇਣੇ ਪੈਣਗੇ। ਤੋ ਕਿਹੜੇ ਪੈਸੇ ਦੇਣੇ ਪੈਣਗੇ? ਸਵਾਸ। ਕਿਹੜੇ ਪੈਸੇ ਜੀ? ਸਵਾਸਾਂ ਰੂਪੀ ਪੂੰਜੀ ਇਕੱਠੀ ਕਰਾਂਗੇ, ਹੈ ਨਾ, ਅਤੇ ਉਹ ਕੀ ਕਹਿੰਦੇ ਉਹਨਾਂ ਨੂੰ ਥੈਲੀ ਭਰਾਂਗੇ, ਉਹ ਦੇਵਾਂਗੇ ਤਾਂ ਉਹ ਮਿਲੇਗਾ। ਕਿਉਂਕਿ ਮਾਲਕ ਬਿਨ ਬੋਲੇ ਜਾਣਦਾ, ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗਿਆ ਕੀਜੇ ਅਰਦਾਸ, ਘੱਟ ਘੱਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ। ਮਾਲਕ ਅੰਦਰ ਹੀ ਬੈਠਾ ਸਾਰਿਆਂ ਦੇ, ਉਹਦੇ ਕੋਲ ਤਰਾਜੂ ਹੈ, ਤੱਕੜੀ ਹੈ। ਜਦੋਂ ਦੇਖੇਗਾ ਮਾਲਕ ਵੀ ਸਵਾਸਾਂ ਦੀ ਪੂੰਜੀ ਹੁਣ ਨਾਮ ਧਨ ਦਿੱਤਾ ਜਾ ਸਕਦਾ, ਉਦੋਂ ਫਿਰ ਮਾਲਕ ਦੇ ਆਪੇ ਕਾਇਆ ਅੰਦਰ ਤੋਲ ਤਲਾਵੇ ਆਪੇ ਤੋਲਣ ਹਾਰਾ। ਉਹ ਚੈੱਕ ਕਰੇਗਾ, ਹਾਂ ਵੀ ਆ ਗਏ ਉਹਨੇ ਜਿੰਨੇ ਨਾਲ ਨਾਮ ਧਨ ਦਿੱਤਾ ਜਾਂਦਾ। ਉਹ ਤਾਂ ਸਾਨੂੰ ਇੱਕ ਸਮਝਾਉਣ ਲਈ ਉਦਾਹਰਨਾਂ ਦਿੱਤੀਆਂ ਨੇ, ਠੀਕ ਹੈ ਨੀ। ਅਤੇ ਉਹ ਦੇਣ 'ਤੇ ਆਉਂਦਾ ਫਿਰ ਤੂੰ ਹੀ ਗੱਫੇ ਖੁੱਲ੍ਹੇ ਦੇ ਦਿੰਦਾ, ਪਰ ਦੇਖਦਾ ਬੱਚੇ ਦੀ ਸੁਚਮਤਾ, ਕੀ ਦੇਖਦਾ? ਬੱਚੇ ਦੀ ਸੁਚਮਤਾ ਦੇਖਦਾ। ਅਤੇ ਆਓ ਫਿਰ ਆਪਾਂ ਧਨ ਜਮ੍ਹਾਂ ਕਰਾ ਲਈਏ, ਸਵਾਸਾਂ ਰੂਪੀ ਧਨ ਜਮ੍ਹਾਂ ਕਰੀਏ, ਮੋਹਰਾਂ ਲਾ ਲਾ ਕੇ ਸਟੈਂਪ ਲਾਈਏ, ਆਹ ਨਿਰਗੁਣ ਦਾ ਖਜ਼ਾਨਾ, ਵਾਹ ਗੁਰੂ। ਜਦੋਂ ਗੁਰੂ ਕਹਿਆ ਵਾਹੇ, ਕਿਹਾ ਵਾਹੇ ਸੁਣਿਆ, ਜਦੋਂ ਗੁਰੂ ਕਿਹਾ ਗੁਰੂ ਸੁਣਿਆ, ਤਾਂ ਉਹ ਸਵਾਸ ਜਮ੍ਹਾਂ ਹੋ ਗਿਆ। ਅਤੇ ਜੇ ਸੁਣਿਆ ਨਹੀਂ ਤਾਂ ਉਹੀ ਵੈਸੇ ਕਹੀ ਜਾਂਦੇ ਹਾਂ ਵਾਹ ਗੁਰੂ, ਉਹ ਫੋਰਮੈਲਿਟੀ ਕਰਦੇ ਹਾਂ, ਫੋਰਮੈਲਿਟੀ ਨਹੀਂ ਕਰਨੀ। ਵਾਹੇ ਬੋਲੋ, ਵਾਹੇ ਨੂੰ ਸੁਣੋ ਆਪਦੇ ਕੰਨਾਂ ਨਾਲ, ਆਪਦੇ ਮੁੱਖ 'ਚੋਂ ਬੋਲ ਕੇ ਆਪਦੇ ਕੰਨਾਂ ਨਾਲ। ਗੁਰੂ ਬੋਲੋ, ਗੁਰੂ ਸੁਣੋ, ਇਹਨੂੰ ਰਿਪੀਟ ਕਰੀ ਚੱਲੋ, ਵਾਹ ਗੁਰੂ ਵਾਹ ਗੁਰੂ। ਇਹ ਪੂੰਜੀ ਜਮ੍ਹਾਂ ਹੋਏਗੀ, ਸਵਾਸਾਂ ਦੀ ਪੂੰਜੀ। ਸਵਾਸਾਂ ਨੂੰ ਧਨ ਕਿਹਾ, ਇਹਦੇ ਬਦਲੇ ਨਾਮ ਧਨ ਮਿਲੇਗਾ। ਅਤੇ ਆਓ ਫਿਰ ਆਪਣੇ ਵਿੱਚੋਂ ਜਿਹੜਾ ਨਾਮ ਧਨ ਲੈਣਾ ਚਾਹੁੰਦਾ, ਅੱਖਾਂ ਨਹੀਂ ਖੋਲਣੀਆਂ, ਅੰਤਰ ਗੁਰੂ ਅਰਾਧਨਾ, ਜਿਹਾ ਜਪ ਗੁਰਨਾਓ, ਨੇਤਰੀ ਸਤਿਗੁਰੂ ਪੇਖਣਾ, ਸਰਵਨੀ ਸੁਣਨਾ ਗੁਰਨਾ। ਅੱਖਾਂ ਬੰਦ ਕਰਕੇ, ਆਹ ਦੋ ਨੇ ਇੱਧਰ ਅਤੇ ਇੱਧਰ, ਇੱਥੋਂ ਅਸੀਂ ਇੱਥੇ ਇੱਕ ਕਰ ਲੈਣਾ, ਨੱਕ ਦੀ ਨੋਕ ਦੇ ਅੱਗੇ ਇੱਥੇ ਦੇਖਣਾ, ਸੁਣ ਨੂੰ, ਸਪੇਸ ਨੂੰ, ਇੱਥੇ ਸਪੇਸ ਨੂੰ ਦੇਖਦੇ ਹਾਂ, ਕਹਿਣਾ ਵਾਹ ਗੁਰੂ ਵਾਹ ਗੁਰੂ, ਕਰੀ ਜਾਣਾ। ਜਦੋਂ ਤੇਜ਼ ਹੋ ਜਾਣ ਗੁਰਮੁਖ, ਅਤੇ ਨਵੇਂ ਗੁਰਮੁਖ ਵੀ ਕੋਸ਼ਿਸ਼ ਕਰ ਲੈਣ ਜੇ ਤੇਜ਼ ਨਾਲ ਹੋ ਸਕਦੇ, ਨਾਲ ਰਲ ਜਾਣ। ਆਓ ਸਾਰੇ ਗੁਰਮੁਖ ਨੇਤਰ ਬੰਦ ਕਰ ਲਓ ਜੀ, ਕਰੋ ਸ਼ੁਰੂ, ਵਾਹ ਗੁਰੂ 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 ਗੁਰੂ ਵਾਹ 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 ਗੁਰੂ।
ਗੁਰੂ ਵਾਹ 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 ਗੁਰੂ Wow.
ਅੱਖਾਂ ਨਹੀਂ ਖੋਲਣੀਆਂ। ਆਵਾਜ਼ ਹੌਲੀ ਹੌਲੀ ਘਟਾਉਂਦੇ ਘਟਾਉਂਦੇ ਸਾਇਲੈਂਟ ਹੋ ਜਾਓ। ਅੱਖਾਂ ਬੰਦ ਰੱਖੀਆਂ ਅਤੇ ਸਾਹਮਣੇ ਦੇਖੀ ਚੱਲੋ, ਅੱਖਾਂ ਖੋਲਣੀਆਂ ਨਹੀਂ। ਚੁੱਪ ਕਰਕੇ ਬੈਠ ਜਾਓ, ਸਰੀਰ ਨਹੀਂ ਹਿਲਾਉਣਾ। ਹਾਂਜੀ, ਥੋੜ੍ਹੀਆਂ ਥੋੜ੍ਹੀਆਂ ਅੱਖਾਂ ਖੋਲ੍ਹਦੇ ਜਾਓ। ਯਕਦਮ ਸਾਰੀਆਂ ਅੱਖਾਂ ਨਹੀਂ ਖੁੱਲ੍ਹਣੀਆਂ, ਥੋੜ੍ਹੀਆਂ ਜਿਹੀਆਂ ਖੋਲ੍ਹ ਕੇ ਨੇੜੇ ਦੇਖੋ। ਹੌਲੀ ਹੌਲੀ ਖੋਲ੍ਹੋ ਸਾਰੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਇਹ ਹੈ ਪ੍ਰੈਕਟੀਕਲ ਜੋ ਆਪਾਂ ਸਿਮਰਨ ਕੀਤਾ ਹੈ। ਸਿਮਰਨ ਨੂੰ ਮਹਾਰਾਜ ਬਾਣੀ ਕਹਿੰਦੇ, ਪ੍ਰਭ ਕਾ ਸਿਮਰਨ ਸਭ 'ਤੇ ਉੱਚਾ। ਅਤੇ ਮੇਰਾ ਖਿਆਲ ਸੁੱਖ ਵੀ ਮਿਲਿਆ ਹੋਏਗਾ। ਸੁੱਖ ਕਿੱਥੋਂ ਪਤਾ ਲੱਗਦਾ? ਅੱਖਾਂ ਤੋਂ। ਅੱਖਾਂ ਦੇ ਵਿੱਚ ਇਕਾਗਰਤਾ ਐਂ ਠੰਡੀਆਂ ਠੰਡੀਆਂ ਹੋ ਗਈਆਂ। ਇਹਨੂੰ ਫਿਰ ਆਪਾਂ ਬਾਣੀ 'ਚ ਪੜ੍ਹਦੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼। ਤਾਂ ਜਿਹੜੀ ਵਿਧੀ ਅਪਣਾਈ ਆ, ਇਹ ਵੀ ਮਹਾਰਾਜ ਦੀ ਬਾਣੀ 'ਚੋਂ ਅਪਣਾਈ ਆ। ਅੱਖਾਂ ਬੰਦ ਕੀਤੀਆਂ, ਫਿਰ ਸਾਹਮਣੇ ਦੇਖਿਆ, ਫਿਰ ਜੋ ਰਸਨਾ ਨੇ ਬੋਲਿਆ ਉਹ ਕੰਨਾਂ ਨੇ ਸੁਣਿਆ। ਇਸ ਵਿਧੀ ਨੂੰ ਫਿਰ ਆਪਾਂ ਪੜ੍ਹਦੇ ਹਾਂ, ਅੰਤਰ ਗੁਰੂ ਆਰਾਧਨਾ ਦੇਵਾ ਜਪਗੁਰੂ ਨਾਉ ਨੇਤਰੀ ਸਤਿਗੁਰੂ ਪੇਖਣਾ ਸਰਬਨੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੈ ਜਿਸਨੂੰ ਇਹ ਵੱਤ ਦੇ ਜੱਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ ਵਿਰਲੇ ਕਈ ਕੇ ਇਸ ਰਸਤੇ 'ਤੇ ਚੱਲਣਗੇ ਅਤੇ ਉਹਨਾਂ ਦੇ ਵਿੱਚ ਤੁਹਾਡੇ ਵਿੱਚੋਂ ਜਿਹੜੇ ਸੱਚੇ ਮਨੋਂ ਸੰਗਤ ਵਿੱਚ ਆਏ ਆ ਅਤੇ ਮਾਲਕ ਉਹਨਾਂ ਨੂੰ ਵੀ ਵਿਰਲਿਆਂ 'ਚ ਲੈ ਕੇ ਆਇਆ। ਸੋ ਗੁਰਮੁਖ ਪਿਆਰੇ, ਉਹ ਸਮਾਂ ਹੋ ਗਿਆ ਕਲਾਸ ਦਾ ਜੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਵਿਚਾਰ ਕੀਤੀ ਗਈ ਹੈ ਔਰ ਸਿਮਰਨ ਵੀ ਮਾਲਕ ਦੇ ਹੁਕਮ ਵਿੱਚ ਕੀਤਾ ਗਿਆ ਹੈ। ਜੋ ਗੁਰਬਾਣੀ 'ਚ ਵਿਧੀਆਂ ਦੱਸੀਆਂ ਉਸ ਮੁਤਾਬਕ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਜਵਾਨੀ ਕੋਈ ਨਾ ਕੋਈ ਗਲਤੀ ਹੋ ਜਾਂਦੀ। ਗਲਤੀ ਕੀ ਹੁੰਦੀ ਹੈ? ਕੋਈ ਸ਼ਬਦ ਅੱਗੇ ਪਿੱਛੇ ਹੋ ਜਾਂਦਾ, ਅਲੱਗ ਮਾਤਰਾ ਦਾ ਭੁਲੇਖਾ ਪੈ ਜਾਂਦਾ। ਸੰਗਤ ਅਤੇ ਗੁਰੂ ਬਖਸ਼ਣਯੋਗ ਹੁੰਦੇ ਨੇ। ਜੇ ਸਾਡੇ ਤੋਂ ਵਿਚਾਰ ਕਰਦਿਆਂ ਤੋਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਕੋਈ ਗਲਤੀ ਹੋ ਗਈ ਹੋਵੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ।